ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਤੇ ਨਾਲ ਦੀ ਨਾਲ ਮੈਂ ਮਾਫੀ ਵੀ ਚਾਹਣਾ ਕਿ ਅਸੀਂ ਥੋੜਾ ਜਿਹਾ ਲੇਟ ਹੋ ਗਏ ਜੀ, ਕਾਰਨ ਕੁਝ ਟੈਕਨੀਕਲ ਸੀਗੇ। ਤੁਹਾਨੂੰ ਪਤਾ ਵੀ ਚੱਲਦੇ ਕੰਮਾਂ ਦੇ ਵਿੱਚ ਕਈ ਵਾਰ ਮੁਸ਼ਕਲਾਂ ਵੀ ਆ ਜਾਂਦੀਆਂ ਨੇ, ਸੋ ਉਹਨਾਂ ਮੁਸ਼ਕਲਾਂ ਦਾ ਕਰਕੇ ਅੱਜ ਅਸੀਂ ਥੋੜਾ ਜਿਹਾ ਲੇਟ ਸ਼ੁਰੂ ਕਰ ਚੁੱਕੇ ਹਾਂ ਜੀ, ਤੇ ਇਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ। ਇਸ ਤੋਂ ਇਲਾਵਾ ਤੁਹਾਨੂੰ ਦੱਸਦਾ ਜੀ ਕਿ ਅੱਜ ਦੁਸ਼ਹਿਰੇ ਦਾ ਤਿਉਹਾਰ ਹੈ ਤੇ ਆਪ ਸਭ ਨੂੰ ਸਭ ਤੋਂ ਪਹਿਲਾਂ ਦੁਸ਼ਹਿਰੇ ਦੀਆਂ ਢੇਰ ਸਾਰੀਆਂ ਮੁਬਾਰਕਾਂ। ਤੇ ਅੱਜ ਬਹੁਤਾ ਸਮਾਂ ਮੈਂ ਨਹੀਂ ਲਵਾਂਗਾ, ਤੁਹਾਨੂੰ ਪਤਾ ਹੈ ਪੰਨੂ ਸਾਹਿਬ ਆਪਣੇ ਨਾਲ ਨੇ, ਸੋ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਸ਼ੁਰੂ ਕਰਾਂਗੇ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਜੀ ਸ਼ੁਕਰੀਆ। ਪੰਨੂ ਸਾਹਿਬ, ਅੱਜ ਤੇ ਪਹਿਲਾਂ ਨੇਕੀ ਤੇ ਬਦੀ ਦੀ ਜਿੱਤ, ਬਦੀ ਤੇ ਜੀ ਨੇਕੀ ਦੀ ਜਿੱਤ। ਵੈਸੇ ਕਦੇ ਕਦੇ ਇੱਦਾਂ ਲੱਗਦਾ ਜਿਹੜੀ ਗੱਲ ਸਹਿਜ ਭਾਰ ਨਿਕਲਦੀ ਹੈ ਉਹ ਸੱਚੀ ਹੈ। ਕਿਹੜਾ ਉਰਦੂ ਦਾ ਸ਼ੇਰ ਹੈ, ਮਰਜ ਵੱਧਦਾ ਗਿਆ ਜਿਉਂ ਜਿਉਂ ਦਵਾ ਕੇ ਦਵਾਈ ਕਰਦੇ ਹਾਂ ਬਿਮਾਰੀ ਵੱਧਦੀ ਜਾਂਦੀ ਹੈ। ਜੀ ਜੀ। ਇੱਕ ਅਸੀਂ ਹਰ ਸਾਲ ਬੁੱਤ ਬਣਾਉਂਦੇ ਹਾਂ ਜੀ, ਅੱਗ ਲਾਉਂਦੇ ਹਾਂ, ਲਾ ਕੇ ਕਹਿੰਦੇ ਹਾਂ ਕਿ ਬਦੀ ਦੇ ਉੱਤੇ ਹੁਣ ਨੇਕੀ ਦੀ ਜਿੱਤ ਹੋ ਗਈ। ਜੀ ਜੀ। ਪਰ ਉਹ ਤਾਂ ਹੁੰਦੀ ਨਹੀਂ। ਇੱਕ ਰਾਵਣ ਤਾਂ ਉਦੋਂ ਸਾੜਤਾ ਸੀ ਅਤੇ ਹਰ ਸਾਲ ਉਹਦਾ ਪੁਤਲਾ ਸਾੜਦੇ ਹਾਂ ਜੀ। ਇੱਥੇ ਧਰਮ ਦੇ ਓਹਲੇ ਕੋਈ ਕਰਮ ਹੋਈ ਜਾਂਦਾ, ਕੋਈ ਉੱਠ ਪੈਂਦਾ ਪਾਪੀ, ਉਹਨੂੰ ਕਹਿੰਦੇ ਆ ਰਾਮ ਰਹੀਮ ਸਿੰਘ। ਹਾਂਜੀ। ਉਹ ਰਾਮ ਅਤੇ ਰਹੀਮ ਦੋਵਾਂ ਦੇ ਵਾਸਤੇ ਬਦਨਾਮੀ ਦਾ ਕਾਰਨ ਬਣਦਾ ਪਿਆ। ਬਿਲਕੁਲ ਸਹੀ। ਕੋਈ ਨਿਤਿਆਨੰਦ ਉੱਠ ਪੈਂਦਾ, ਕੋਈ ਆਸਾ ਰਾਮ ਉੱਠ ਪੈਂਦਾ ਜੀ, ਉਹਦਾ ਪੁੱਤਰ ਨਰਾਇਣ ਸਾਈਂ ਨਰਾਇਣ ਈਸ਼ਵਰ ਨੂੰ ਕਹਿੰਦੇ, ਕੋਈ ਫਲਾਹਾਰੀ ਬਾਬਾ ਜੀ, ਕੋਈ ਜੰਮੂ ਕਸ਼ਮੀਰ ਦੇ ਵਿੱਚ ਇੱਕ ਪੀਰ ਬਾਬਾ ਜੀ ਜੀ, ਇਹ ਸਾਰੇ ਲੋਕ ਜੋ ਕੁਛ ਨੇ ਇਹਨਾਂ ਦੇ ਹੁੰਦਿਆਂ, ਜਾਂ ਫਿਰ ਧਰਮ ਸਥਾਨਾਂ ਦੇ ਵਿੱਚ ਜਿੰਨੀ ਇੱਕ ਕਿਸਮ ਦੀਆਂ ਗੱਲਾਂ ਹੁੰਦੀਆਂ ਪਈਆਂ ਨੇ, ਉਹਨਾਂ ਦੇ ਹੁੰਦਿਆਂ ਜੇ ਅਸੀਂ ਵੀ ਇਹ ਅਜੇ ਵੀ ਮੰਨ ਲਈਏ ਕਿ ਦੁਸਹਿਰਾ ਸਾੜਦੇ ਹਾਂ ਅਤੇ ਇਸ ਕਰਕੇ ਬਦੀ ਦੇ ਉੱਤੇ ਨੇਕੀ ਦੀ ਜਿੱਤ ਹੋ ਗਈ ਆ, ਮਿਰਜ਼ਾ ਗਾਲਿਬ ਦਾ ਸ਼ੇਰ ਆ, ਹਮਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ ਦਿਲ ਕੇ ਬਹਿਲਾਨੇ ਕੇ ਲਈ ਗਾਲਿਬ ਖਿਆਲ ਅੱਛਾ ਹੈ। ਉੱਦਾਂ ਤਾਂ ਸਾਨੂੰ ਪਤਾ ਕਿ ਸਾਰਾ ਕੁਝ ਅੱਗੇ ਨਾਲੋਂ ਵੀ ਹਾਲ ਮਾੜਾ ਹੋਇਆ ਪਿਆ ਜੀ। ਪਰ ਚਲੋ ਕੋਈ ਗੱਲ ਨਹੀਂ, ਫਿਰ ਆਖਣਾ ਫਿਰ ਪੈਂਦਾ ਕਿ ਕੋਈ ਨਹੀਂ, ਬਦੀ ਦੇ ਉੱਤੇ ਨੇਕੀ ਦੀ ਜਿੱਤ ਆ, ਕੁਝ ਹੋ ਨਹੀਂ ਰਹੀ। ਸਹੀ ਗੱਲ ਹੈ। ਸੋ ਕਿਤੇ ਨਾ ਕਿਤੇ ਮੇਰੇ ਮੂੰਹ ਵੀ ਨਿਕਲ ਗਈ ਜੀ ਇਹ ਗੱਲ, ਉਹਦੇ ਲਈ ਅਸੀਂ ਮਾਫ਼ੀ ਵੀ ਚਾਹੁੰਦੇ ਹਾਂ। ਕਿਸੇ ਵੇਲੇ ਕੋਈ ਬੰਦਾ ਦਿਲ 'ਤੇ ਲਾ ਲੈਂਦਾ ਜੀ ਗੱਲ, ਉਹਨਾਂ ਨੇ ਕਈ ਵਾਰੀ ਸਹਿਜ ਭਾਵੀ ਗੱਲਾਂ ਹੋ ਜਾਂਦੀਆਂ, ਉਹ ਪਿੰਡ ਦੇ ਵਿੱਚ ਰਹਿੰਦੇ ਸਿੱਧੜ ਬੰਦੇ ਨੂੰ ਕਿਸੇ ਨੇ ਆਖਿਆ ਸੀ ਤੜਕੇ ਜਾਈਏ ਸੁੱਚੇ ਮੂੰਹ ਜਾ ਕੇ ਪੀਰ ਦਾ ਜਿਹੜਾ ਚਿਰਾਗ ਜਗਦਾ ਉਹ 'ਤੇ ਹੱਥ ਫੇਰ ਕੇ ਮੂੰਹ 'ਤੇ ਫੇਰੀਏ, ਅੱਲਾ ਦਾ ਨੂਰ ਆ ਜਾਂਦਾ ਜੀ। ਉਹ ਗਿਆ, ਅੱਧਾ ਕੁ ਸੁੱਤਾ ਸੀ, ਅੱਧਾ ਕੁ ਜਾਗਦਾ ਸੀ, ਉਹ ਲਾਟ ਦੇ ਉੱਤੇ ਹੱਥ ਕਰ ਛੱਡੇ, ਹੱਥ ਕਾਲੇ ਹੋ ਗਏ। ਅੱਛਾ ਜੀ। ਮੂੰਹ 'ਤੇ ਫੇਰ ਲਿਆ, ਘਰ ਆ ਕੇ ਘਰ ਵਾਲੇ ਨੂੰ ਕਹਿੰਦਾ ਵੀ ਹੁਣ ਤੂੰ ਦੱਸ ਮੇਰੇ ਚਿਹਰੇ 'ਤੇ ਅੱਜ ਨੂਰ ਆ ਗਿਆ ਕਿ ਨਹੀਂ। ਕਹਿੰਦੀ ਜੇ ਤਾਂ ਨੂਰ ਦਾ ਰੰਗ ਕਾਲਾ ਫਿਰ ਤਾਂ ਘਟਾਂ ਚੜੀਆਂ ਪਈਆਂ ਨੇ। ਅੱਛਾ। ਅਤੇ ਜੇ ਕੋਈ ਹੋਰ ਹੁੰਦਾ ਤਾਂ ਪਹਿਲਾਂ ਵੀ ਸੱਤਿਆਨਾਸ ਕਰ ਲਿਆ। ਅਸੀਂ ਜਿਉਂ ਜਿਉਂ ਇਹਦਾ ਇਲਾਜ ਕਰਦੇ ਹਾਂ ਜੀ, ਜੋ ਤਾਂ ਕੰਮ ਵਿਗੜਦਾ ਜਾ ਰਿਹਾ। ਇੱਦਾਂ ਲੱਗਦਾ ਕਿ ਹੁਣ ਇਹ ਬਿਮਾਰੀ ਜੀਨ 'ਚ ਆ ਗਈ ਹੈ। ਬਿਲਕੁਲ। ਸ਼ਾਇਦ ਇਸੇ ਨੂੰ ਕਲਯੁੱਗ ਕਹਿੰਦੇ ਆ। ਸਹੀ ਗੱਲ ਹੈ। ਸੋ ਕਲਯੁੱਗ ਦਾ ਵਰਤਾਰਾ ਹੈ ਅਤੇ ਕਲਯੁੱਗ ਦੇ ਵਰਤਾਰੇ 'ਚ ਹੀ ਹੁਣ ਅਗਲੀ ਗੱਲ ਜਿਹੜੀ ਉਹ ਵੀ ਕਰ ਲਈਏ। ਪਹਿਲਾਂ ਤੁਸੀਂ ਸਾਧਾਂ ਦੀ ਗੱਲ ਤਾਂ ਕਰ ਲਈ, ਹੁਣ ਆਪਾਂ ਲੀਡਰਾਂ ਦੀ ਗੱਲ ਵੀ ਕਰ ਲਈਏ, ਕਿਉਂਕਿ ਸੁੱਚਾ ਸਿੰਘ ਲੰਘਾ ਹੋਰਾਂ ਦੇ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਹੋਇਆ ਜੀ, ਅਤੇ ਆਪਣੇ ਸਾਰੇ ਅਹੁਦਿਆਂ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ, ਇਹਦੇ ਬਾਰੇ ਹੁਣ ਤੁਸੀਂ ਕੀ ਕਹੋਗੇ? ਦੇਖੋ, ਅਜੇ ਬ੍ਰੇਕਫਾਸਟ ਕੀਤਾ ਨਹੀਂ, ਸੁੱਚੇ ਮੂੰਹ ਸੁੱਚਾ ਹੋਣ ਦੀ ਗੱਲ ਕਰਨੀ ਪੈ ਰਹੀ ਆ, ਬਹੁਤ ਮਾੜਾ ਲੱਗਦਾ। ਚਲੋ ਕੋਈ ਨਹੀਂ। ਅੱਛਾ, ਸਾਧਾਂ ਦੀ ਗੱਲ ਤੁਸੀਂ ਕੀਤੀ ਹੈ ਜੀ, ਇਹ ਸਿਆਸਤਦਾਨ ਵੀ ਆ, ਸਾਧ ਵੀ ਹੈ। ਸਾਧ ਇਸ ਕਰਕੇ ਹੈ ਕਿ 30 ਸਾਲ ਹੋ ਗਏ ਲਗਾਤਾਰ ਜੀ, 20 ਸਾਲ 20 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਦਾ ਪਿਆ, ਅਤੇ ਕਿਰਦਾਰ ਇਹਦਾ ਕੀ ਹੈ? 1970 'ਚ ਬਾਦਲ ਸਾਹਿਬ ਪਹਿਲੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ ਜੀ, ਉਦੋਂ ਲੱਗੇ ਸੀ ਨਕਸਲੀਆਂ ਦੇ ਮਗਰ, ਉਹਨਾਂ ਨੂੰ ਚੁਣ ਚੁਣ ਮਾਰਦੇ ਸੀ। ਪੰਜਾਬ 'ਚ DGP ਉਦੋਂ ਨਹੀਂ ਸੀ ਹੁੰਦਾ, IG ਹੁੰਦਾ ਸੀ, ਅਤੇ ਭਗਵਾਨ ਸਿੰਘ ਦਾਨੇਵਾਲੀਆ ਸੀ ਜੀ, ਉਹਨੇ ਆਪਣੀ ਕਿਤਾਬ 'ਚ ਉਸ ਵੇਲੇ ਦੀ ਸਾਰੀ ਕਹਾਣੀ ਲਿਖੀ ਪਈ। ਉਦੋਂ ਜਿਹੜੇ ਬੰਦੇ ਬਾਦਲ ਸਾਹਿਬ ਨੂੰ ਪਸੰਦ ਨਹੀਂ ਸੀ, ਉਹਨਾਂ ਨੂੰ 10 ਨੰਬਰੀਆਂ ਦੀ ਲਿਸਟ ਵਿੱਚ ਪਾ ਦਿੱਤਾ, ਅਤੇ ਸੁੱਚਾ ਸਿੰਘ ਲੰਗਾਹ ਦਾ ਨਾਂ ਉਹਨਾਂ 'ਚ 1970 'ਚ। ਅੱਛਾ ਜੀ, ਹਿਸਟਰੀ ਇਹ ਹੈ, ਹਿਸਟਰੀ ਹੈ। ਬਾਦਲ ਸਾਹਿਬ ਦੂਸਰੀ ਵਾਰੀ ਮੁੱਖ ਮੰਤਰੀ ਬਣੇ 1977 'ਚ, ਸੁੱਚਾ ਸਿੰਘ ਲੰਗਾਹ ਦਾ ਨਾਂ 10 ਨੰਬਰੀਆਂ 'ਚ। ਬਾਦਲ ਸਾਹਿਬ ਤੀਸਰੀ ਵਾਰੀ ਮੁੱਖ ਮੰਤਰੀ ਬਣੇ 1997 'ਚ, ਸੁੱਚਾ ਸਿੰਘ ਲੰਗਾਹ ਦਾ ਨਾਂ ਉਹਨਾਂ ਵਿੱਚ ਵੀ 10 ਨੰਬਰੀ ਹੈ, ਬਦਮਾਸ਼ਾਂ ਵਿੱਚ ਵੀ,
ਸੁੱਚਾ ਸਿੰਘ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਮੈਂਬਰਾਂ ਵਿੱਚ ਵੀ ਜਿਨ੍ਹਾਂ ਨੇ ਸਿੱਖ ਪੰਥ ਦੀ ਪਾਰਲੀਮੈਂਟ ਜਿਹੜੀ ਉਹ ਚਲਾਉਣੀ ਹੈ, ਅਤੇ ਸੁੱਚਾ ਸਿੰਘ ਲੰਗਾਹ ਦਾ ਨਾਂ ਪੰਜਾਬ ਸਰਕਾਰ ਦੇ ਮੰਤਰੀਆਂ ਵਿੱਚ ਵੀ ਜੀ। ਹੁਣ ਸਿਆਪਾ ਇਹ ਪੈ ਗਿਆ ਕਿ ਜਿਹੜੇ 10 ਨੰਬਰੀ ਹੁੰਦੇ ਆ ਉਹਨਾਂ ਦਾ ਨਾਂ ਇੱਕ ਕੈਲੰਡਰ 'ਤੇ ਲਿਖਿਆ ਹੁੰਦਾ ਥਾਣੇ 'ਚ, ਜਿੱਥੇ SHO ਬੈਠਦਾ, ਥਾਣਾ ਮੁਖੀ ਬੈਠਦਾ, ਉਹਦੀ ਕੁਰਸੀ ਦੇ ਪਿੱਛੇ ਕੰਧ 'ਤੇ ਕੈਲੰਡਰ ਲੱਗਾ ਹੁੰਦਾ ਜੀ, ਉਹਦੇ 'ਚੋਂ ਸਾਰੇ ਨਾਂ ਲਿਖੇ ਹੁੰਦੇ ਆ, ਅਤੇ ਉਹਨਾਂ ਦੀ ਹਰ ਹਫ਼ਤੇ ਡੈਰੀ ਲਿਖਣੀ ਪੈਂਦੀ SHO ਨੂੰ ਕਿ ਹੁਣ ਕੋਈ ਹੋਰ ਪੁੱਠਾ ਕੰਮ ਤਾਂ ਨਹੀਂ ਕਰਤਾ। ਸੁੱਚਾ ਸਿੰਘ ਲੰਗਾਹ ਮੰਤਰੀ ਬਣ ਗਿਆ ਜੀ, ਧਾਰੀਵਾਲ ਤੋਂ ਹੀ ਬਣਿਆ, ਅਤੇ ਧਾਰੀਵਾਲ ਦੇ ਥਾਣੇ 'ਚ ਕੰਧ ਦੇ ਉੱਤੇ SHO ਦੇ ਪਿੱਛੇ ਜਿਹੜੀ ਕੰਧ ਸੀ ਉਹਦੀ ਕੁਰਸੀ ਦੇ ਪਿੱਛੇ ਉੱਤੇ ਕੈਲੰਡਰ ਲੱਗਾ ਅਤੇ ਉੱਥੇ ਸੁੱਚਾ ਸਿੰਘ ਲੰਗਾਹ ਦਾ ਨਾਂ। ਹਰ ਹਫ਼ਤੇ ਉਹਦੀ ਡੈਰੀ ਲਿਖਣੀ ਪੈਂਦੀ ਸੀ, ਉੱਥੋਂ ਪਹਿਲਾਂ ਤਾਂ ਕੈਲੰਡਰ ਹਟਾਇਆ ਗਿਆ, ਫਿਰ ਡੈਰੀ ਦੇ ਵਿੱਚ ਹਰ ਹਫ਼ਤੇ ਲਿਖਣਾ ਸ਼ੁਰੂ ਕੀਤਾ। ਜਿਹੜੇ ਨੋਟ ਉਹਦੇ ਸੀ ਮੈਨੂੰ ਅਜੇ ਤੱਕ ਯਾਦ ਨੇ। ਅੱਛਾ ਜੀ। ਮੈਂ ਕਈ ਹਫ਼ਤਿਆਂ ਦੀ ਉਹਦੀ ਡੈਰੀ ਪੜ੍ਹੀ ਆ। ਅੱਛਾ ਜੀ। ਸਰਕਾਰੀ ਤੌਰ 'ਤੇ ਜਿਹੜੀ ਡੈਰੀ ਰਿਲੀਜ਼ ਹੋਈ ਉਹ। ਅੱਛਾ ਜੀ। ਉਹਦੇ 'ਚ ਲਿਖਿਆ ਕੀ ਆ, ਚੰਡੀਗੜ੍ਹ ਰਹਿੰਦਾ ਹੈ, ਪੰਜਾਬ ਸਰਕਾਰ ਵਿੱਚ ਮੰਤਰੀ ਹੈ, ਪਤਾ ਲੱਗਾ ਹੈ ਕਿ ਮਾੜੇ ਧੰਦੇ ਕਰਨੇ ਛੱਡ ਗਿਆ ਹੈ। ਅੱਛਾ ਜੀ। 3.5 ਸਾਲ ਉਹਦੇ ਬਾਰੇ ਇਹ ਰਿਪੋਰਟ ਦਿੱਤੀ ਜਾਂਦੀ ਰਹੀ। 1997 'ਚ ਇਹ ਮੰਤਰੀ ਬਣਿਆ ਸੀ। 2000 ਦੇ ਵਿੱਚ ਇੱਕ SP ਨੇ ਰਿਪੋਰਟ ਕੀਤੀ ਕਿ ਹੁਣ 3 ਸਾਲ ਤੋਂ ਵੱਧ ਹੋ ਗਏ ਮਾੜੇ ਧੰਦੇ ਕਰਨੇ ਛੱਡ ਗਿਆ, ਇਸ ਕਰਕੇ ਇਹਦਾ ਨਾਂ 10 ਨੰਬਰ 'ਚੋਂ ਕੱਢ ਦਿੱਤਾ ਜਾਵੇ। ਜੀ ਜੀ। ਸਰਕਾਰ ਬਦਲ ਗਈ, ਅਮਰਿੰਦਰ ਸਿੰਘ ਦੀ ਸਰਕਾਰ ਆਈ, ਪੜਤਾਲ ਕਰਵਾਈ ਕਿ ਇਹਦਾ ਨਾਂ ਕਿਹਨੇ ਕੱਢਿਆ ਸੀ 10 ਨੰਬਰੀਆਂ 'ਚੋਂ। ਜਿਹੜੇ SP ਨੇ ਰਿਪੋਰਟ ਕੀਤੀ ਸੀ ਉਹ ਕਹਿੰਦਾ ਜੀ ਮੇਰੇ ਦਸਖਤ ਹੀ ਨਹੀਂ, ਮੈਨੂੰ ਪਤਾ ਨਹੀਂ ਕਿਹਨੇ ਕੀਤੇ। ਇੱਕ ਪੱਖ ਇਹ ਜੀ। ਦੂਸਰਾ ਪੱਖ ਹੈ, 1997 ਤੋਂ 2002 ਤੱਕ ਜਿਹੜੀ ਬਾਦਲ ਸਾਹਿਬ ਦੀ ਸਰਕਾਰ ਸੀ ਉਹਦੇ ਦੌਰਾਨ ਕੁਛ ਲੋਕਾਂ 'ਤੇ ਕੇਸ ਬਣੇ ਸਨ ਜੀ। ਉਹਨਾਂ 'ਚੋਂ ਸਿਰਫ 3 ਜਣਿਆਂ ਨੂੰ ਸਜ਼ਾਵਾਂ ਹੋਈਆਂ, ਬਾਕੀਆਂ ਨੂੰ ਨਹੀਂ ਹੋਈਆਂ। ਜਥੇਦਾਰ ਤੋਤਾ ਸਿੰਘ ਨੂੰ ਸਜ਼ਾ ਹੋ ਗਈ, ਉਹਦੇ ਖਿਲਾਫ਼ ਵੱਡੇ ਵੱਡੇ ਕੇਸ ਸੀ ਉਹਨਾਂ 'ਚੋਂ ਬਚ ਗਿਆ। ਇੱਕ ਛੋਟਾ ਜਿਹਾ ਕੇਸ ਹੈ ਜੀ, ਸਰਕਾਰੀ ਗੱਡੀ ਦੀ ਦੁਰਵਰਤੋਂ ਕੀਤੀ ਆ, ਆਪਣੀ ਕੋਠੀ ਤੋਂ ਮੋਹਾਲੀ ਤੱਕ ਗਿਆ, ਇਹ ਬਿਲਕੁਲ ਟੁੱਚਲ ਜਿਹਾ ਕੇਸ ਸੀ, ਉਹਦੇ 'ਚ ਉਹਨੂੰ ਸਜ਼ਾ ਹੋ ਗਈ ਜੀ। ਅਤੇ ਸਾਰੇ ਕਹਿੰਦੇ ਸੀ ਸਜ਼ਾ ਇਸ ਕਰਕੇ ਹੋ ਗਈ ਕਿਉਂਕਿ ਬਾਦਲ ਪਿਓ ਪੁੱਤ ਆਪ ਚਾਹੁੰਦੇ ਸਨ ਕਿ ਜਥੇਦਾਰ ਤੋਤਾ ਸਿੰਘ ਸਿਆਸੀ ਅਖਾੜੇ 'ਚੋਂ ਪਾਸੇ ਹੋ ਜਾਵੇ। ਹੁਣ ਸੱਚ ਹੈ ਕਿ ਝੂਠ ਹੈ ਜੀ ਜੀ, ਪਰ ਅਕਾਲੀਆਂ 'ਚ ਪ੍ਰਚਾਰ ਸੀ ਕਿ ਉਹਦੀ ਜਾਣ ਬੁੱਝ ਕੇ ਮਦਦ ਨਹੀਂ ਕੀਤੀ ਗਈ, ਇਸੇ ਕਰਕੇ ਉਹ ਤੋਂ ਛੇਤੀ ਦੀ ਅਸਤੀਫਾ ਵੀ ਲੈ ਲਿਆ, ਫਿਰ ਸਿਆਸੀ ਲੋੜਾਂ ਵਾਸਤੇ ਦੁਬਾਰਾ ਮੰਤਰੀ ਵੀ ਬਣਾਇਆ, ਉਹ 'ਤੇ ਇਸ ਕਰਕੇ ਹੋ ਗਈ। ਦੂਸਰਾ ਕੇਸ ਸੀ ਸੁੱਚਾ ਸਿੰਘ ਲੰਗਾਹ ਦਾ, ਜਿਹਨੂੰ ਕਰਪਸ਼ਨ ਦੇ ਕੇਸ ਵਿੱਚ ਸਜ਼ਾ ਹੋਈ, ਅਤੇ ਤੀਸਰਾ ਸੀ ਬੀਬੀ ਜਗੀਰਕੋਟ ਦਾ। ਹੁਣ ਸੁੱਚਾ ਸਿੰਘ ਲੰਗਾਹ ਜਦੋਂ ਉਹਦੇ 'ਤੇ ਕੋਈ ਕੇਸ ਬਣਦਾ ਉਹ ਕਹਿੰਦਾ ਜੀ ਸਿਆਸੀ ਕੇਸ ਹੈ ਜੀ। 2002 'ਚ ਕੇਸ ਬਣਿਆ, 2007 ਵਿੱਚ ਬਾਦਲ ਸਾਹਿਬ ਦੀ ਫਿਰ ਸਰਕਾਰ ਬਣ ਗਈ, ਸੁੱਚਾ ਸੋ ਫਿਰ ਮੰਤਰੀ, 2012 ਤੱਕ ਇਹ 5 ਸਾਲ ਮੰਤਰੀ ਰਿਹਾ, ਅਤੇ 2015 'ਚ ਯਾਨੀ 13 ਸਾਲ ਕੇਸ ਚੱਲਣ ਤੋਂ ਬਾਅਦ ਜਾ ਕੇ ਇਹਨੂੰ ਸਜ਼ਾ ਹੁੰਦੀ ਪਈ ਆ। ਅਤੇ ਸਜ਼ਾ ਉਦੋਂ ਹੋਈ ਜਦੋਂ 5 ਸਾਲ ਇਹ ਆਪ ਮੰਤਰੀ ਰਿਹਾ, ਅਗਲੇ 5 ਸਾਲਾਂ 'ਚ ਭਾਵੇਂ ਮੰਤਰੀ MLA ਨਹੀਂ ਸੀ ਪਰ ਸਰਕਾਰ 'ਤੇ ਬਾਦਲ ਸਾਹਿਬ ਦੀ ਸੀ ਨਾ ਜੀ, ਅਤੇ ਕੇਸ ਤਾਂ ਵਿਜੀਲੈਂਸ ਪੇਸ਼ ਕਰ ਰਹੀ ਸੀ, ਉਹ ਵਿਜੀਲੈਂਸ ਬਾਦਲ ਸਾਹਿਬ ਦੇ ਅੰਡਰ ਸੀ। ਇਹਦੇ ਬਾਵਜੂਦ ਇਹਨੂੰ ਸਜ਼ਾ ਹੋ ਗਈ, ਇਸ ਕਰਕੇ ਹੋ ਗਈ ਕਿ ਡਾਕੂਮੈਂਟਰੀ ਪਰੂਫ ਸਨ, ਕੇਸ ਹੀ ਇੱਦਾਂ ਦਾ ਸੀ ਕਿ ਬਚ ਨਹੀਂ ਸੀ ਸਕਦਾ। ਇਹਨੂੰ ਫੜ ਕੇ ਉੱਥੇ ਬਿਠਾ ਦਿੱਤਾ ਗਿਆ, ਬਾਦਲ ਸਾਹਿਬ ਨੇ ਇਹਨੂੰ ਬੜੀ VIP ਟ੍ਰੀਟਮੈਂਟ ਦਿੱਤਾ ਹੋਇਆ ਸੀ, ਬੜੀ ਸਿਕਿਉਰਿਟੀ ਸੀ ਜੀ। ਸਿਕਿਉਰਿਟੀ ਵਾਲੇ ਅਦਾਲਤ 'ਤੇ ਜਾਣ ਲੱਗੇ, ਜੱਜ ਨੇ ਕਿਹਾ ਬਾਹਰ ਨਿਕਲ ਜਾਓ, ਦੌੜ ਜਾਓ ਉੱਥੋਂ। 3 ਸਾਲ ਕੈਦ ਦੀ ਸਜ਼ਾ, 1 ਕਰੋੜ ਅਤੇ 10,000 ਰੁਪਏ ਜੁਰਮਾਨਾ ਕੀਤਾ ਗਿਆ, 10,000 ਖਰਚਾ ਪਾਇਆ ਸੀ, ਜੁਰਮਾਨਾ 1 ਕਰੋੜ ਸੀ ਜੀ। ਹੁਣ ਉਹ 'ਤੇ ਜਾਪਦਾ ਸੀ ਮੈਂ ਸ਼ਾਇਦ ਛੁੱਟ ਜਾਣਾ, ਇਹ ਵੀ ਸੀ ਜੇ ਸਜ਼ਾ ਹੀ ਹੋਈ ਤਾਂ ਚੱਲ ਭਰ ਕੇ ਜਮਾਤ ਕਰਾ ਲਾਂਗੇ, ਪਰ ਇਹ ਨਹੀਂ ਸੀ ਪਤਾ ਕਿ 1 ਕਰੋੜ ਦਾ ਜੁਰਮਾਨਾ ਵੀ ਹੋ ਜਾਣਾ, ਅਤੇ ਜਦ ਤੱਕ 1 ਕਰੋੜ ਦਾ ਜੁਰਮਾਨਾ ਨਾ ਤਾਰੇ ਉਹਨਾਂ ਚਿਰ ਤੱਕ ਦੀ ਜਮਾਨਤ ਨਹੀਂ ਹੋ ਸਕਦੀ ਜੀ। ਹੁਣ 1 ਕਰੋੜ ਰੁਪਈਆ ਖੜ੍ਹੇ ਪੈਰ ਕਿੱਥੋਂ ਹੋਵੇ। ਸਵੇਰੇ 10:30 ਵਜੇ ਨੂੰ ਸਜ਼ਾ ਸੁਣਾਈ ਗਈ, 4 ਵਜੇ ਤੱਕ ਉੱਥੇ ਬੈਠਾ, ਸਾਰੇ ਪਾਸੇ ਹੀ ਅਕਾਲੀ ਲੀਡਰ ਭੱਜੇ ਫਿਰਨ ਚੰਡੀਗੜ੍ਹ 'ਚ। ਅਕਾਲੀ ਦਲ ਦੀ ਇੰਨੀ ਹਸਤੀ ਹੈ ਕਿ ਖੜ੍ਹੇ ਪੈਰ 150 ਕਰੋੜ ਵੀ ਇਕੱਠਾ ਕਰ ਸਕਦਾ ਜੀ, ਪਰ ਸਵਾਲ ਲੀਗਲ ਦਾ ਸੀ, ਜਿਹਦੇ ਕੋਲ ਜਾਣ 1 ਕਰੋੜ ਰੁਪਈਆ ਦੇਣਾ ਉਹ ਆਖੇ ਜੀ ਮੈਂ ਕਾਗਜ਼ਾਂ 'ਚ ਵਿਖਾਊਂ ਕਿੱਥੋਂ ਕਿ ਮੇਰੇ ਕੋਲ ਹੈਗੇ ਸੀ। ਕਰਦਿਆਂ ਕਰਾਉਂਦਿਆਂ ਹੁਣ ਜੇ 4 ਵਜੇ ਤੱਕ 5 ਵਜੇ ਤੱਕ ਅਦਾਲਤ ਉੱਠਣ ਤੱਕ ਇਹ ਪੈਸੇ ਜਮ੍ਹਾਂ ਨਾ ਹੁੰਦੇ ਤਾਂ ਸੁੱਚਾ ਸਿੰਘ ਨੂੰ ਰਾਤ ਰਹਿਣਾ ਪੈਣਾ ਸੀ ਜੀ। ਮੋਹਾਲੀ ਦੇ ਇੱਕ ਬਿਲਡਰ ਨੂੰ ਕੁਛ ਹੋਰ ਲੋਕਾਂ ਨੂੰ ਇਕੱਠੇ ਇਕੱਠੇ ਕਰਕੇ ਹੱਥੋਂ ਤੋਂ ਜੋੜ ਕੇ ਪੈਸੇ ਇਕੱਠੇ ਕਰਕੇ ਲਏ, 4:30 ਵਜੇ ਨੂੰ ਅਦਾਲਤ ਵਿੱਚੋਂ ਛਡਾਇਆ ਗਿਆ, ਕੇਸ ਦੀ ਉਹੀ ਹੈਗਾ ਸੀ ਜੀ। ਫਿਰ ਜਦੋਂ ਇਹ ਮੰਤਰੀ ਹੁੰਦਾ ਸੀ ਇਹਦੇ ਹੁੰਦਿਆਂ ਇੱਕ ਇਹਦੇ PA ਨਾਲ ਜੁੜਦਾ ਕੋਈ ਕੇਸ ਕੁਸ ਹੋ ਗਿਆ ਸੀ, ਬੰਦਾ ਕੋਈ ਮਰ ਗਿਆ ਸੀ ਅੰਬਾਲੇ 'ਚ, ਉਹਦੇ ਵਿੱਚ ਵੀ ਰੌਲਾ ਪੈਂਦਾ ਰਿਹਾ।
ਹੁਣ ਸੁੱਚਾ ਸਿੰਘ ਨਿਗਾਹ ਜਿਹੜੇ ਕੇਸ 'ਚ ਫਸ ਗਿਆ ਜੀ, 2008 'ਚ ਉਸ ਬੀਬੀ ਦੇ ਪਤੀ ਦੀ ਮੌਤ ਹੁੰਦੀ ਹੈ, 2009 'ਚ ਉਹ ਤਰਲਾ ਮਾਰਨ ਵਾਸਤੇ ਗਈ ਕਿ ਬੀਬੀ ਉਹਨੇ ਆਖਿਆ ਕਿ ਮੇਰਾ ਤਾਂ ਗੁਜ਼ਾਰਾ ਨਹੀਂ ਚੱਲਦਾ ਅਤੇ ਮੈਂ ਤੁਹਾਡੀ ਬੇਟੀ ਦੀ ਕਲਾਸਮੇਟ ਹਾਂ, ਨਾਲ ਉਹਦੇ ਪੜ੍ਹਦੀ ਰਹੀ। ਇਹਨੇ ਆਖਿਆ ਪਰਸੋਂ ਅੱਜ ਨੌਕਰੀ ਦਵਾ ਦਿਆਂਗੇ, ਪਰਸੋਂ ਇਕੱਲੀ ਨੂੰ ਸੱਦਿਆ, ਉਦੋਂ ਬਾਅਦ ਫਿਰ ਇਕੱਲੀ ਨੂੰ ਹੀ ਸੱਦਦਾ ਰਿਹਾ। ਜੋ ਕੁਛ ਆ ਕੇਸ ਹੁਣ ਬਣਿਆ ਜੀ ਜੀ ਬਣਿਆ ਹੋਣਾ, ਚਰਚੇ ਦੇ ਬੜੇ ਚਿਰਾਂ ਦੇ ਚੱਲਦੇ ਸੀ। ਰੌਲਾ ਪੈਂਦਾ ਰਿਹਾ ਬਹੁਤ ਇਸ ਗੱਲ ਦੀਆਂ, ਉਹਦੀ ਬੀਬੀ ਦੀ ਜਿੱਦਾਂ ਜਿੰਨੀ ਕੁ ਵਾਰੀ ਨੇ ਟ੍ਰਾਂਸਫਰ ਕਰਾਈ ਜੀ ਜੀ, ਅਕਾਲੀ ਦਲ ਦੇ ਉੱਪਰਲੇ ਸਰਕਲ ਸਾਰਿਆਂ ਨੂੰ ਪਤਾ ਸੀ, ਅੱਜ ਕੋਈ ਅਕਾਲੀ ਆ ਕੇ ਸਾਨੂੰ ਨਹੀਂ ਸੀ ਪਤਾ, ਇਹ ਵੱਖਰੀ ਗੱਲ ਹੈ ਜੀ ਜੀ, ਪਤਾ ਸਾਰਿਆਂ ਨੂੰ ਸੀ ਉੱਪਰ ਤੱਕ। ਸੋ ਕਿਤੇ ਨਾ ਕਿਤੇ ਕੇਸ ਅੰਦਰ ਤੋਂ ਗੱਲ ਚੱਲਦੀ ਪਈ ਸੀ, ਉਹ ਵਿਚਾਰੀ ਇਸ ਕਰਕੇ ਬੋਲਦੀ ਨਹੀਂ ਸੀ ਕਿ ਜੇ ਮੈਂ ਬੋਲਾਂ ਤਾਂ ਅਗਲੇ ਪਾਸੇ ਮੇਰੀ ਗੱਲ ਕਿ ਸੁਣਨੀ ਨਹੀਂ, ਅਤੇ ਕੇਸ ਤਾਂ ਅੰਦਰ ਅੰਦਰ ਚੱਲਦਾ ਪਿਆ ਸੀ। ਇੱਕ ਚੀਜ਼ ਹੋਰ ਪਾਨੂੰ ਸਾਹਿਬ ਦੱਸਿਓ ਕਿ ਇਹਦੇ ਨੂੰ ਇਹਨੂੰ ਜਿਹੜੀ ਗੁਰਦਾਸਪੁਰ ਦੀ ਜ਼ਿਮਨੀ ਚੋਣ ਹੈ ਉਹਦੇ ਨਾਲ ਜੋੜ ਕੇ ਵੀ ਦੇਖਿਆ ਜਾ ਸਕਦਾ, ਕਿਉਂਕਿ ਅਕਾਲੀ ਦਲ ਦਾ ਇਹੋ ਜਿਹੇ ਮੌਕੇ ਦੇ ਉੱਪਰ ਇੱਕ ਵੱਡੇ ਲੀਡਰ ਦਾ ਇਹੋ ਜਿਹੇ ਕੇਸ 'ਚ ਫਸ ਜਾਣਾ ਨਕਾਰਾਤਮਕ ਹੈ ਕਿਤੇ ਨਾ ਕਿਤੇ। ਜੋੜ ਕੇ ਹੁਣ ਅਕਾਲੀ ਤਾਂ ਕਹਿਣਗੇ ਜੋੜ ਕੇ ਵੇਖਿਆ ਜਾ ਸਕਦਾ, ਪਰ ਸੱਚਾਈ ਤਾਂ ਸੱਚਾਈ ਰਹਿਣੀ ਹੈ। ਜੇ ਉਸ ਬੀਬੀ ਨੇ ਪੈਨ ਡਰਾਈਵ ਪੇਸ਼ ਕੀਤੀ, ਪੈਨ ਡਰਾਈਵ ਇੰਨੀ ਸਪਸ਼ਟ ਹੈ ਜੀ, ਅਦਾਲਤ ਵਿੱਚ ਵੀ ਉਹਨੇ ਬਿਆਨ ਦੇ ਦਿੱਤੇ ਆ, ਇਹ ਕਦੇ ਨਾ ਕਦੇ ਤਾਂ ਗੱਲ ਆਉਣੀ ਸੀ। ਉਹ ਬੀਬੀ ਇਹ ਕਹਿੰਦੀ ਹੈ ਕਿ ਹੁਣ ਮੈਨੂੰ ਆਪਣੇ ਉਸ ਫਾਰਮ ਹਾਊਸ 'ਤੇ ਸੱਦਾ ਪਿਆ, ਜਿਹੜਾ ਫਾਰਮ ਹਾਊਸ ਬੜੀ ਉਜਾੜ ਥਾਂ 'ਤੇ, ਉਹ ਕਹਿੰਦੀ ਮੇਰੀ ਜਾਨ ਨੂੰ ਖਤਰਾ, ਮੈਂ ਤਾਂ ਹੁਣ ਪੁਲਿਸ ਕੇਸ ਦਰਜ ਕਰਾਉਣ ਆਈ, ਇਹਨੇ ਤਾਂ ਹੁਣ ਤੱਕ ਮੈਂ ਸਭ ਕੁਝ ਬਰਦਾਸ਼ਤ ਕਰਦੀ ਰਹੀ ਹਾਂ, ਉਹਦੀ ਜ਼ਮੀਨ ਮੈਨੇ ਵਿਕਵਾ ਦਿੱਤੀ, ਮੈਂ ਤੈਨੂੰ ਪਲਾਟ ਲੈ ਦਿਉ, ਮੈਂ ਤੈਨੂੰ ਉਹ ਕਰ ਦੂੰ ਉਹ ਕਰ ਦੂੰ, ਉਹ ਸਾਰੀ ਕਹਾਣੀ। ਪਰ ਜੋ ਮਰਜ਼ੀ ਹੋਵੇ ਇਹਦੇ ਨਾਲ ਜੋੜ ਕੇ ਤਾਂ ਵੇਖਿਆ ਜਾ ਸਕਦਾ ਜੀ ਜੀ, ਜੋੜ ਕੇ ਵੇਖਿਆ ਵੀ ਜਾਵੇ ਅਤੇ ਇਹ ਸੱਚਾਈ ਨੂੰ ਥੋੜ੍ਹਾ ਬਦਲਣਗੇ ਕਿ ਆਹ ਕਹਾਣੀ ਹੈਗੀ ਸੀ, ਉਹ ਸੱਚਾਈ ਦਾ ਕੀ ਕਰਨਗੇ। ਉੱਦਾਂ ਤਾਂ ਜਦੋਂ ਸਲਵਿੰਦਰ ਸਿੰਘ ਵਾਲਾ ਐਸ ਪੀ ਵਾਲਾ ਕੇਸ ਹੋਇਆ, ਜਦੋਂ ਪਠਾਨਕੋਟ ਏਅਰਪੋਰਟ ਸਟੇਸ਼ਨ 'ਤੇ ਹਮਲਾ ਹੋਇਆ, ਹਾਂਜੀ ਹਾਂਜੀ, ਉਹਦੇ ਵਿੱਚ ਅਜੇ ਕਾਂਗਰਸੀਆਂ ਘੱਟ ਗਿਆ ਸੀ, ਆਮ ਆਦਮੀ ਪਾਰਟੀ ਨੇ ਇਹਦਾ ਨਾਂ ਲਿਆ ਕੇ ਜਿੰਨੀਆਂ ਗੱਲਾਂ ਕੀਤੀਆਂ ਸੀ ਉਹ ਸਾਰਾ ਕੁਝ ਰਿਕਾਰਡ 'ਤੇ। ਕਹਿੰਦੇ ਜੀ ਸਲਵਿੰਦਰ ਸਿੰਘ ਨੂੰ ਪੁੱਛ ਲਓ ਗੱਲ ਕਿੱਥੋਂ ਤੱਕ ਜਾਂਦੀ ਹੈ। ਸਲਵਿੰਦਰ ਸਿੰਘ ਕਹਿੰਦਾ ਸੀ ਮੈਂ ਉੱਥੇ ਬਾਰਡਰ 'ਤੇ ਫਲਾਨੇ ਪੀਰ ਦੇ ਮੱਥਾ ਟੇਕਣ ਚੱਲਿਆ ਗਿਆ ਸੀ ਜੀ, ਉੱਥੋਂ ਵਾਪਸੀ 'ਤੇ ਮੈਨੂੰ ਅੱਤਵਾਦੀਆਂ ਨੇ ਘੇਰ ਲਿਆ ਜੀ, ਗਿਆ ਵੀ ਉੱਥੇ ਹੈਗਾ ਸੀ। ਪਰ ਟੋਲ ਪਲਾਜ਼ਾ ਤੋਂ ਲੰਘਣ ਤੋਂ ਬਾਅਦ ਉਸ ਪੀਰ ਦੀ ਦਰਗਾਹ ਤੱਕ ਜਾਣ ਵਾਸਤੇ ਅੱਧਾ ਘੰਟਾ ਨਹੀਂ 40 ਮਿੰਟ ਲੱਗ ਜਾਣਗੇ ਜੀ, ਉਹ 3 ਘੰਟੇ ਕਿੱਥੇ ਰਿਹਾ ਸੀ ਉਹਦਾ ਪਤਾ ਨਹੀਂ ਲੱਗਦਾ। ਉੱਥੇ ਆਖਿਰਕਾਰ ਕਹਿੰਦੇ ਸੀ ਕੁਝ ਵੱਡੇ ਬੰਦਿਆਂ ਨੂੰ ਮਿਲਿਆ, ਉਹ ਕਿਹੜੇ ਵੱਡੇ ਬੰਦਿਆਂ ਨੂੰ ਮਿਲਿਆ ਉਹ ਤਾਂ ਅੱਜ ਤੱਕ ਨਹੀਂ ਪਤਾ ਲੱਗਦਾ ਪਿਆ। ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਪੰਜਾਬ ਦੀ ਰਾਜਨੀਤੀ ਇਹ ਪਰਦੇ ਢੱਕ ਦਿੰਦੀ ਆ, ਅਤੇ ਉਹਦੇ ਵਿੱਚ ਬਸ ਉਹ ਰਾਣਾ ਮੁਨਵਰ ਰਾਣਾ ਦਾ ਸ਼ੇਅਰ ਯਾਦ ਕਰਨਾ ਪੈਂਦਾ ਜੀ ਜੀ, ਇਹ ਜੋ ਸਿਆਸਤ ਹੈ ਬੜੀ ਹਰਜਾਈ ਹੁੰਦੀ ਹੈ, ਸ਼ਰਾਬੀ ਦੇਵਰੋਂ ਕੇ ਬੀਚ ਜੈਸੇ ਭਰਜਾਈ ਹੁੰਦੀ। ਤੱਤ ਨਿਚੋੜ ਸਾਡੀ ਰਾਜਨੀਤੀ ਦਾ ਉਹ ਹੈ ਜਿਹੜਾ ਗੁਰੂ ਸਾਹਿਬ ਕਹਿ ਗਏ ਸੀ, ਗੁਰਬਾਣੀ 'ਚ ਇੱਕ ਸ਼ਬਦ ਆਉਂਦਾ ਜੀ, ਇੱਲਤ ਅੰਦਰ ਚੌਧਰੀ ਕੂੜੀ ਕੂੜੇ ਥੋ। ਉਹਦਾ ਮਤਲਬ ਇਹ ਹੈ ਕਿ ਅੱਜ ਦੇ ਯੁੱਗ ਵਿੱਚ ਚੌਧਰੀ ਉਹ ਬੰਦਾ ਜਿਹੜਾ ਸਭ ਤੋਂ ਵੱਧ ਸ਼ਰਾਰਤੀ ਹੈ, ਪੁੱਠੇ ਕੰਮ ਕਰਨ ਵਾਲਾ, ਅਤੇ ਕੂੜੀ ਕੂੜੇ ਥਾਂ ਮਤਲਬ ਵੀ ਜਿਹੜੀ ਰੱਜ ਕੇ ਝੂਠ ਬੋਲਣ ਵਾਲੀ ਹੈ, ਉਹ ਬਾਕੀ ਸਾਰੀਆਂ ਨੂੰ ਪਿੱਛੇ ਧੱਕ ਕੇ ਅਤੇ ਅੱਗੇ ਲੀਡਰ ਬਣੀ ਫਿਰਦੀ ਹੈ ਸੱਚਾ ਪਾਤਸ਼ਾਹ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਹਾਲਾਤ ਕੀ ਨੇ। ਖੈਰ ਹੁਣ ਤੁਸੀਂ ਇਹਦੇ ਬਾਰੇ ਆਪਾਂ ਸਵਾਲ ਜਵਾਬ ਨਾ ਜ਼ਿਆਦਾ ਕਰੀਏ ਜੀ, ਆਪਾਂ ਬਾਕੀ ਗੱਲਾਂ ਵਾਲੇ ਪਾਸੇ ਵੀ ਵੱਧਦੇ ਹਾਂ। ਇੱਕ ਗੱਲ ਪੁੱਛੀ ਜਾ ਰਹੀ, ਜਿੱਦਾਂ ਭਗਤ ਸਿੰਘ ਦਾ ਜਨਮ ਦਿਨ ਨਿਕਲ ਕੇ ਗਿਆ ਜੀ, ਉਦੋਂ ਨੌਜਵਾਨਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਸੀਗਾ, ਅਤੇ ਜਿੱਦਾਂ ਹੁਣ ਸੋਸ਼ਲ ਮੀਡੀਆ ਹੈ, ਸੋਸ਼ਲ ਮੀਡੀਆ ਦੇ ਉੱਪਰ ਫੋਟੋਆਂ ਤਸਵੀਰਾਂ ਦਾ ਆਦਾਨ ਪ੍ਰਦਾਨ ਜ਼ਰੂਰ ਹੁੰਦਾ। ਹੁਣ ਇੱਕ ਪਾਸੇ ਉਸ ਚੀਜ਼ ਨੂੰ ਇਸ ਤਰ੍ਹਾਂ ਜੋੜ ਕੇ ਦੇਖਿਆ ਜਾਣਾ ਵੀ ਹਾਂਜੀ ਇਹ ਅੱਜ ਭਗਤ ਸਿੰਘ ਨੂੰ ਸਲੂਟ ਕਰਨਾ ਬਣਦਾ ਜੀ, ਉਹਨਾਂ ਨੂੰ ਸਲਾਮ ਕਰਨਾ ਬਣਦਾ ਜੀ, ਉਹਨਾਂ ਨੇ ਸਾਡੇ ਲਈ ਇਹ ਕੀਤਾ, ਪਰ ਅਸਲ ਦੇ ਵਿੱਚ ਨੌਜਵਾਨ ਕਿੰਨਾ ਕੁ ਉਸ ਚੀਜ਼ ਨੂੰ ਅਪਣਾਏ ਆ ਜਾਂ ਕਿੰਨਾ ਕੁ ਉਹਨਾਂ ਦੀ ਸੋਚ ਦੇ ਨਾਲ ਜੁੜੇ? ਦੇਖੋ ਇਹਨਾਂ ਮਾਮਲਿਆਂ ਦੇ ਵਿੱਚ ਨਾ ਤਾਂ ਭਗਤ ਸਿੰਘ ਦੀ ਸੋਚ ਨਾਲ ਅੱਜ ਦੇ ਲੀਡਰਾਂ ਵਿੱਚੋਂ ਕਿਸੇ ਇੱਕ ਦਾ ਵੀ ਕੋਈ ਵਾਸਤਾ ਜੀ, ਨਾ ਇਹਨਾਂ ਦੇ ਮਨ 'ਚ ਉਹਦੇ ਵਾਸਤੇ ਕੋਈ ਸ਼ਰਧਾ। ਇਹ ਤਾਂ ਗਿਣਤੀਆਂ 'ਚ ਰੱਖਣਾ ਚਾਹੁੰਦੇ ਆ ਜੀ, ਅਕਾਲੀ ਇਸ ਗਿਣਤੀ 'ਚ ਰੱਖਦੇ ਆ ਕਿ ਭਗਤ ਸਿੰਘ ਜੀ ਸਿੱਖ ਪਰਿਵਾਰ 'ਚੋਂ ਸੀ, ਇਸ ਕਰਕੇ ਜਿਹੜੇ ਸਿੱਖ ਸ਼ਹੀਦ ਹੋਏ ਨੇ ਸਾਡਾ ਇੱਕ ਹੋਰ ਵੱਧ ਜਾਂਦਾ। ਕਾਂਗਰਸ ਹੀ ਆਪਣੇ ਪੱਖ ਤੋਂ ਰੱਖਦੇ ਆ ਜੀ ਕਿ ਭਗਤ ਸਿੰਘ ਦੀ ਮਾਤਾ ਨੂੰ ਪੰਜਾਬ ਮਾਤਾ ਦਾ ਖਿਤਾਬ ਅਸੀਂ ਦਿੱਤਾ ਸੀ, ਹੁਣ ਤਾਂ ਭਾਜਪਾ ਵਾਲਿਆਂ ਨੂੰ ਵੀ ਕਹਿਣ ਦਾ ਹੱਕ ਆ ਕਿ ਭਗਤ ਸਿੰਘ ਦਾ ਇੱਕ ਭਰਾ ਸਾਡੀ ਪਾਰਟੀ ਵੱਲੋਂ MLA ਬਣ ਗਿਆ ਸੀ, ਜਿੱਦਾਂ ਮਰਜ਼ੀ ਹਰ ਇੱਕ ਦਾ ਕੋਈ ਨਾ ਕੋਈ ਲਿੰਕ ਨਿਕਲਾਉਂਦਾ। ਪਰ ਸੱਚਾਈ ਇਹ ਹੈ ਕਿ ਜੋ ਕੁਝ ਭਗਤ ਸਿੰਘ ਨੇ ਆਖਿਆ ਸੀ, ਜਿਸ ਤਰ੍ਹਾਂ ਉਹਨੇ ਜੇਲ੍ਹ ਦੇ ਵਿੱਚ ਬੈਠ ਕੇ ਜਿਹੜੇ ਵਿਚਾਰ ਲਿਖੇ ਸਨ ਜੀ, ਜੋ ਉਹਨੇ ਅਦਾਲਤ ਵਿੱਚ ਜਾ ਕੇ ਆਖਿਆ ਸੀ ਕਿ ਇਹਨਾਂ 'ਚੋਂ ਅੱਜ ਇੱਕ ਵੀ ਉਹਨਾਂ ਦੇ ਉੱਤੇ ਪਹਿਰਾ ਦੇਣ ਨੂੰ ਤਿਆਰ। ਇੱਕ ਹੋਰ ਬਹੁਤ ਵੱਡੀ ਗੱਲ ਜੀ, ਉਸ ਵਕਤ ਜੇ ਸੀਵਰੇਜ ਨਹੀਂ ਸੀ ਪਏ, ਟਾਇਲਟ ਸੀਟਾਂ ਨਹੀਂ ਸੀ ਆਈਆਂ,
ਉਦੋਂ ਕੈਦੀਆਂ ਦੇ ਸੈੱਲ ਦੇ ਵਿੱਚ ਵੀ ਇੱਕ ਸਾਈਡ ਦੇ ਉੱਤੇ ਇੱਕ ਖਾਨਾ ਬਣਿਆ ਹੁੰਦਾ ਸੀ ਜਿੱਥੋਂ ਗੰਦ ਚੁੱਕਣ ਵਾਸਤੇ ਭੰਗੀ ਆਉਂਦਾ ਸੀ ਜੀ। ਵਿਚਾਰਾ ਬਿਲਕੁਲ ਦੱਬਿਆ ਕੁਚਲਿਆ ਦਲਿਤ ਆਉਂਦਾ ਸੀ, ਉਹਨੂੰ ਭਗਤ ਸਿੰਘ ਮਾਂ ਕਹਿੰਦਾ ਹੁੰਦਾ ਸੀ। ਅਤੇ ਆਪਣੀ ਫਾਂਸੀ ਤੋਂ ਪਹਿਲਾਂ ਉਹਨਾਂ ਨੇ ਉਚੇਚਾ ਆਖਿਆ ਸੀ ਕਿ ਮੇਰੀ ਆਖਰੀ ਖਾਹਿਸ਼ ਹੈ ਕਿ ਤੂੰ ਮੈਨੂੰ ਇੱਕ ਵਾਰੀ ਆਪਣੇ ਹੱਥ ਦੀ ਬਣੀ ਰੋਟੀ ਖਵਾਓ। ਉਹਨੇ ਆਖਿਆ ਕਿਉਂ? ਕਹਿੰਦਾ ਛੋਟੇ ਹੁੰਦਿਆਂ ਮੇਰਾ ਗੰਦ ਮੇਰੀ ਮਾਂ ਨੇ ਸਾਂਭਿਆ ਸੀ, ਜੇਲ੍ਹ ਵਿੱਚ ਮੇਰਾ ਬੈਠਿਆ ਗੰਦ ਤੂੰ ਸਾਂਭਿਆ, ਤੂੰ ਮੈਨੂੰ ਮੇਰੀ ਮਾਂ ਜਿੰਨਾ ਪਿਆਰਾ ਲੱਗਦਾ। ਕੀ ਅੱਜ ਦੇ ਲੀਡਰਾਂ ਵਿੱਚ ਇੱਕ ਵੀ ਹੈਗਾ ਇਹੋ ਜਿਹਾ? ਕੋਈ ਨਹੀਂ ਲੱਭਦਾ। ਇੱਥੇ ਤਾਂ ਇਹ ਹੈ ਕਿ ਕਾਂਗਰਸੀਆਂ ਨੂੰ ਰਾਹੁਲ ਗਾਂਧੀ ਨੇ ਕਹਿਤਾ ਸੀ ਗਰੀਬਾਂ ਦੇ ਘਰਾਂ ਜਾਓ, ਦਲਿਤਾਂ ਦੇ ਘਰਾਂ ਜਾਓ, ਚਲੇ ਗਏ ਸੀ ਦਲਿਤਾਂ ਦੇ ਘਰ ਜਾ ਕੇ ਖਾਣਾ ਖਾਧਾ ਸੀ, ਪਰ ਖਾਣਾ ਹੋਟਲ ਤੋਂ ਆਇਆ ਸੀ ਅਤੇ ਡਿਸਪੋਜੇਬਲ ਕੱਪ ਪਲੇਟਾਂ ਸਾਰੇ ਆਏ ਸੀ ਜਿਹੜੇ ਆਪਣਾ ਉਹਦੇ ਦਲਿਤ ਦੇ ਘਰ ਬਹਿ ਕੇ ਖਾ ਪੀ ਆਏ ਸੀ, ਮੰਗਵਾਇਆ ਸੀ 5-star ਹੋਟਲ ਤੋਂ। ਇੱਦਾਂ ਹੀ ਬਾਅਦ 'ਚ ਬੀਜੇਪੀ ਵਾਲਿਆਂ ਨੇ 2-3 ਵਾਰੀ ਕਰ ਲਿਆ। ਇਹ ਸਾਰੇ ਉਹ ਆ ਜਿਹੜੇ ਵਿਖਾਵਾ ਕਰਦੇ ਆ। ਭਗਤ ਸਿੰਘ ਹੋਰ ਸੀ, ਉਹ ਸੁੱਚਾ ਵੀ ਸੀ ਉੱਚਾ ਵੀ ਸੀ, ਉਹਦੇ ਨਾਲ ਦਾ ਦੂਸਰਾ ਨਹੀਂ ਲੱਭਣਾ, ਭਗਤ ਸਿੰਘ ਸਿਰਫ ਭਗਤ ਸਿੰਘ ਸੀ। ਕਿਆ ਬਾਤ ਹੈ। ਸੋ ਜਿਹੜੀ ਸੋਚ ਹੈ ਜੀ, ਉਸ ਸੋਚ ਨੂੰ ਅਪਣਾਉਣ ਵਾਲੇ ਦੀ ਲੋੜ ਹੈ ਅੱਜ ਕੱਲ੍ਹ, ਉਸ ਚੀਜ਼ ਦੀ ਕਮੀ ਹੈ। ਇੱਕ ਚੀਜ਼ ਹੋਰ ਪੰਨੂ ਸਾਹਿਬ ਪੁੱਛੀ ਜਾ ਰਹੀ ਆ ਕਿ ਵੀ 399 ਰੁਪਈਆਂ ਦੇ ਵਿੱਚ ਕਹਿੰਦੇ ਵੀ ਅਨਲਿਮਿਟਡ ਕਾਲਾਂ ਅਤੇ ਡਾਟਾ ਡੂਟਾ ਸਭ ਕੁਛ ਮਿਲ ਜਾਂਦਾ ਫੋਨ ਕਰਨ ਨੂੰ, ਅਤੇ ਜਿਹੜੇ ਆਪਣੇ MP ਸਾਹਿਬ ਆ ਉਹਨਾਂ ਨੂੰ 15,000 ਰੁਪਈਆ ਸਰਕਾਰ ਦਿੰਦੀ ਫੋਨ ਦਾ ਖਰਚਾ, ਇਹ ਕੀ ਚੱਕਰ ਹੈ ਜੀ? ਵੀ ਸਰਕਾਰਾਂ ਦੇ ਕੰਮ ਬੜੇ ਅਜੀਬ ਹੁੰਦੇ ਆ, ਤੁਸੀਂ ਇਹਨਾਂ 'ਚ ਨਾ ਪਿਓ। ਜਦੋਂ ਵਾਜਪਾਈ ਸਰਕਾਰ ਸੀ, ਇੱਕ ਵਾਰੀ ਇਹਨਾਂ ਨੇ ਪਾਰਲੀਮੈਂਟ 'ਚ ਮਤਾ ਪਾਸ ਕੀਤਾ ਕਿ ਮਹਿੰਗਾਈ ਬਹੁਤ ਵੱਧ ਗਈ ਆ, ਪਹਿਲੀਆਂ ਤਨਖਾਹਾਂ ਨਾਲ ਪਾਰਲੀਮੈਂਟ ਮੈਂਬਰਾਂ ਦਾ ਸਰਦਾ ਨਹੀਂ ਜੀ, ਇਹਨਾਂ ਦੀ ਤਨਖਾਹ ਵਧਾ ਦਿਓ, ਚਲੋ ਵੱਧ ਗਏ ਜੀ। ਇਹਨਾਂ ਦੇ ਭੱਤੇ ਵਧਾ ਦਿਓ, ਚਲੋ ਵੱਧ ਗਏ। ਇਹਨਾਂ ਦੇ PA ਦੀ ਤਨਖਾਹ ਵਧਾ ਦਿਓ, ਵੱਧ ਗਈ। ਇਹਨਾਂ ਦੀਆਂ ਟੈਲੀਫੋਨ ਕਾਲਾਂ ਦਾ ਵੀ ਖਰਚਾ ਵਧਾ ਦਿਓ, ਵੱਧ ਗਿਆ। ਇਹਨਾਂ ਦੀ ਕੋਠੀ ਦੇ ਉੱਤੇ ਜਿਹੜਾ ਮਿਊਂਸੀਪਲ ਕਮੇਟੀ ਵੱਲੋਂ ਪਾਣੀ ਦੀ ਸਪਲਾਈ ਆ ਉਹ ਵੀ ਡਬਲ ਕਰ ਦਿਓ। ਅਗਲੇ ਦਿਨ ਦੂਰਦਰਸ਼ਨ 'ਤੇ ਸਵੇਰੇ ਮੈਂ ਸਾਂ, ਮੈਨੂੰ ਉਹਨਾਂ ਪੁੱਛ ਲਿਆ, ਮੈਂ ਕਿਹਾ ਜੀ ਮਹਿੰਗਾਈ 'ਚ ਤਨਖਾਹ ਵੀ ਵਧਾ ਦਿਓ, ਭੱਤੇ ਵੀ ਵਧਾ ਦਿਓ, ਸਭ ਕੁਝ ਵਧਾ ਦਿਓ, ਅਸੀਂ ਮੰਨ ਲੈਂਦੇ ਹਾਂ ਜੀ, ਡਬਲ ਕਰ ਦਿਓ ਜੀ। ਪਰ ਆਹ ਨਹੀਂ ਮੈਨੂੰ ਸਮਝ ਲੱਗੀ ਕਿ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਹੁਣ MP ਨੂੰ ਇੱਕ ਦਿਨ 'ਚ 2 ਵਾਰੀ ਨਹਾਉਣਾ ਪੈਂਦਾ, ਕਿਤੇ ਪਾਣੀ ਦਾ ਕੋਟਾ ਵੀ ਡਬਲ ਕਰ ਦਿਓ। ਇਹਦਾ ਕੀ ਮਤਲਬ ਹੈ? ਇਹ ਮਹਿੰਗਾਈ ਨਾਲ ਜੋੜ ਕੇ ਪਾਣੀ ਦਾ ਕੋਟਾ ਕਿਉਂ ਡਬਲ ਕੀਤਾ ਗਿਆ ਜੀ? ਸੋ ਇੱਥੇ ਉੱਪਰਲੇ ਪੱਧਰ ਦੇ ਉੱਤੇ ਇਹ ਜਿੱਦਾਂ ਦਾ ਕੰਮ, ਇੱਕ ਵਾਰੀ ਇੱਕ ਸਟਿੰਗ ਆਪਰੇਸ਼ਨ 'ਚ ਫੜਿਆ ਗਿਆ ਸੀ ਕਿ ਬਹੁਤ ਸਾਰੇ MP ਹੈ ਜਿਹੜੇ ਵੱਡੀਆਂ ਕਾਰਪੋਰੇਸ਼ਨਾਂ ਤੋਂ ਅਤੇ ਕੰਪਨੀਆਂ ਤੋਂ ਪੈਸੇ ਲੈ ਕੇ ਉਹਨਾਂ ਦੇ ਮਤਲਬ ਦਾ ਸਵਾਲ ਪਾਰਲੀਮੈਂਟ 'ਚ ਪੁੱਟ ਕਰਦੇ ਆ ਜੀ। ਜੇ ਕਾਰਪੋਰੇਸ਼ਨ ਆਖੇ ਸਰਕਾਰ ਨੂੰ ਅੱਗੋਂ ਘੇਰਨਾ ਅਤੇ ਹਾਜ਼ਰ ਰਹਿੰਦੇ ਆ, ਨਹੀਂ ਤਾਂ ਸਵਾਲ ਪੁੱਟ ਕਰ ਦਿੰਦੇ ਆ। ਕਾਰਪੋਰੇਸ਼ਨ ਕਹੇ ਜੀ ਸਾਡਾ ਸਮਝੌਤਾ ਹੋ ਗਿਆ, ਅਤੇ ਬਾਅਦ ਵਿੱਚੋਂ ਬਾਹਰ ਨਿਕਲ ਆਉਂਦੇ, ਜਿਹੜਾ ਮੈਂਬਰ ਹਾਜ਼ਰ ਨਾ ਹੋਵੇ ਉਹਦਾ ਕੁਐਸਚਨ ਡਰਾਪ ਹੋ ਜਾਂਦਾ ਜੀ ਜੀ। ਉਹਦੇ 'ਚ 11 ਫਸੇ ਸਨ, 11 'ਚੋਂ 5 ਜਣੇ ਲੋਕ ਸਭਾ ਦੇ ਸੀ, 6 ਰਾਜ ਸਭਾ ਦੇ ਸੀ। ਬਹੁਤ ਰੌਲਾ ਪਿਆ, ਲੋਕ ਸਭਾ 'ਚ ਮਤਾ ਪਾਸ ਹੋਇਆ ਕਿ ਸਾਡਾ ਤਾਂ ਨੈੱਕ ਵੱਢ ਦਿੱਤਾ, ਇਹਨਾਂ ਸਾਰਿਆਂ ਨੂੰ ਲੋਕ ਸਭਾ ਦੀ ਮੈਂਬਰੀ ਤੋਂ ਖਾਰਜ ਕਰ ਦਿੱਤਾ ਜਾਵੇ। ਤੱਤੇ ਘਾਓ 5 ਖਾਰਜ ਕਰ ਦਿੱਤੇ ਗਏ, 6 ਰਾਜ ਸਭਾ ਦੇ ਸੀ ਜੀ। ਉੱਥੇ ਵਿੱਚ 2 ਛੁੱਟੀਆਂ ਆ ਗਈਆਂ। ਜਦੋਂ ਰਾਜ ਸਭਾ 'ਚ ਮਤਾ ਪੇਸ਼ ਹੋਣਾ ਸੀ, ਉਨੇ ਚਿਰ ਤੱਕ ਅੰਦਰੇ ਅੰਦਰ ਪਤਾ ਨਹੀਂ ਕੀ ਸੌਦੇਬਾਜ਼ੀ ਹੋਈ, ਪਤਾ ਨਹੀਂ ਕਾਰਪੋਰੇਸ਼ਨਾਂ ਦਾ ਦਬਾਅ ਪੈ ਗਿਆ। ਉੱਥੇ ਜਾ ਕੇ ਆਖਿਆ ਗਿਆ ਕਿ ਇਸ ਤਰ੍ਹਾਂ ਤਾਂ ਸਟਿੰਗ ਆਪਰੇਸ਼ਨ ਹੋਣ ਲੱਗ ਪਏ ਅਤੇ ਕੱਲ੍ਹ ਨੂੰ ਸਾਰੀ ਪਾਰਲੀਮੈਂਟ ਖਾਲੀ ਕਰ ਦੇਣਗੇ। ਇਹ ਨਹੀਂ ਜੀ, ਉੱਦਾਂ ਇਹ ਕਹਿ ਦੇਣਾ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਮੈਂਬਰ ਪਰਹੇਜ਼ ਕਰਨ, ਉਹ ਜਿਹੜੇ ਰਾਜ ਸਭਾ ਵਾਲੇ ਸੀ ਉਹ ਬਚ ਗਏ, ਲੋਕ ਸਭਾ ਵਾਲੇ ਰਗੜੇ ਗਏ। ਇਹ ਪਾਰਲੀਮੈਂਟ 'ਚ ਬੜੀਆਂ ਅਜੀਬ ਗੱਲਾਂ ਹੁੰਦੀਆਂ ਨੇ। ਪਾਰਲੀਮੈਂਟ ਮੈਂਬਰ ਇੱਕ ਵਾਰੀ ਇੱਕ ਫੜਿਆ ਗਿਆ ਸੀ ਜੀ ਏਅਰਪੋਰਟ ਦੇ ਉੱਤੇ, ਬੇਗਾਨੀ ਔਰਤ ਨੂੰ ਅਤੇ ਬੇਗਾਨੇ ਬੱਚੇ ਨੂੰ ਆਪਣਾ ਘਰ ਵਾਲੀ ਅਤੇ ਬੱਚਾ ਬਣਾ ਕੇ ਵਿਦੇਸ਼ ਛੱਡਣ ਚੱਲਿਆ ਸੀ ਕਬੂਤਰਬਾਜ਼ੀ ਕਰਨ। ਫਿਰ ਪਤਾ ਲੱਗਾ ਕਿ ਇਹਨੇ ਅੱਗੇ ਵੀ ਕਈ ਵਾਰ ਕੀਤੀ ਆ, ਬੰਦਾ BJP ਦਾ ਸੀ, ਹੈ ਵੀ ਗੁਜਰਾਤੀ ਸੀ। ਉਹਦੇ ਨਾਲ ਹੀ ਰੌਲਾ ਪੈ ਗਿਆ ਕਿ ਉਹ ਇਕੱਲਾ ਨਹੀਂ, ਇੱਦਾਂ ਦੇ ਤਾਂ 10-12 ਪਾਰਲੀਮੈਂਟ ਮੈਂਬਰ ਹੋਰ ਹੈ ਜੀ, ਜਿਹੜੇ ਸਾਲ 'ਚ 3-4 ਵਾਰ ਆਪਣੀਆਂ ਘਰ ਵਾਲੀਆਂ ਬਾਹਰ ਛੱਡ ਕੇ ਆਉਂਦੇ ਆ ਅਤੇ ਬੱਚੇ ਬਾਹਰ ਛੱਡ ਕੇ ਆਉਂਦੇ ਆ। ਅਸਲ 'ਚ ਨਾ ਘਰ ਵਾਲੀ ਹੁੰਦੀ ਨਾ ਬੱਚੇ ਹੁੰਦੇ ਆ, ਕਿਉਂਕਿ ਡਿਪਲੋਮੈਟਿਕ ਪਾਸਪੋਰਟ ਹੁੰਦਾ ਜੀ, ਉਹ ਬਾਹਰ ਚੱਲ ਜਾਂਦੇ, ਕੋਈ ਪੁੱਛਦਾ ਹੀ ਨਹੀਂ। ਇੱਥੇ ਤਾਂ ਅਚਾਨਕ ਕਿਸੇ ਨੇ ਅਗਲੇ ਪਾਸੇ ਸਾਹਮਣੇ ਬੈਠਾ ਸੀ, ਉਹਨੇ ਵੇਖਿਆ ਕਿ ਗੁਜਰਾਤੀ ਪਾਰਲੀਮੈਂਟ ਮੈਂਬਰ ਹੈ, ਉਹਨੇ ਬੀਬੀ ਨੂੰ ਗੁਜਰਾਤੀ ਸਵਾਲ ਕਰਤਾ, ਬੀਬੀ ਨੂੰ ਆਉਂਦੀ ਨਹੀਂ ਸੀ ਉਹ ਪੰਜਾਬੀ ਬੋਲਦੀ ਸੀ, ਬੱਚੇ ਨੂੰ ਪੁੱਛਿਆ ਵੀ ਪੰਜਾਬੀ ਬੋਲਦਾ ਸੀ, ਉੱਤੇ ਰੌਲਾ ਪੈ ਗਿਆ, ਉਹ ਫੜੇ ਗਏ ਸਨ। ਪਰ ਜਦੋਂ ਇਹ ਗੱਲ ਸਾਹਮਣੇ ਆਈ ਕਿ ਹੋਰ ਵੀ ਹੈਗੇ ਆ, ਉਹਦੀ ਪੜਤਾਲ ਕਿਉਂ ਨਹੀਂ ਕੀਤੀ ਗਈ ਕਿ ਹੋਰ ਕਿਹੜੇ ਕਿਹੜੇ ਆ? ਇੱਕ ਦੀ ਵੀ ਪੜਤਾਲ ਨਹੀਂ ਕੀਤੀ ਗਈ। ਇੱਦਾਂ ਦਾ ਬਥੇਰਾ ਕੁਛ ਉੱਪਰਲੇ ਪੱਧਰ 'ਤੇ ਹੋ ਜਾਂਦਾ। ਉਹਨੂੰ ਜਿਹੜਾ ਹੈਗਾ ਸੀ ਬਾਬੂ ਭਾਈ ਸੀ ਉਹਦਾ ਨਾਂ, ਉਹਨੂੰ ਤਾਂ ਕੱਢ ਦਿੱਤਾ ਗਿਆ, ਪਰ ਜਿਹੜਾ ਬਾਕੀ ਅੱਗੇ ਜਿਹੜੀ ਪੜਤਾਲ ਕਰਨ ਵਾਲੀ ਗੱਲ ਹੈ ਉਹ ਨਹੀਂ ਕੀਤੀ ਗਈ। ਸੋ ਬਹੁਤ ਕੁਛ ਉੱਥੇ ਵੀ ਚੱਲਦਾ ਪਿਆ। ਸੋ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਦੜ ਵੱਟ ਜ਼ਮਾਨਾ ਘੱਟ ਆਓ। ਇਹਨਾਂ ਨੂੰ ਕਹੋ ਜੀ ਤੁਸੀਂ ਤਾਂ ਜੇ 399 ਰੁਪਈਏ ਦੇ ਉੱਤੇ 499 ਰੁਪਈਏ ਦੇ ਖੜ੍ਹੇ ਜੇ, ਉੱਥੇ 499 ਰੁਪਈਏ ਕੀ
चार पांच करोड़ भी इधर खब्बे सज्जे चल जाण ते पता पुता नहीं लगता। कांग्रेस का एक लीडर हुंदा सी महाराष्ट्र च मुड़ के मुख्यमंत्री बन गया सी AR अनतुल्ले। अच्छा जी, उहदे कोल 1980 दीआं लोक सभा चोणां तों बाद जिहड़ियां सी लोक सभा चोणां तों बाद पंजाब दे कांग्रेस इकट्ठे हो गया जी। ਕਿਸੇ ਸਾਨੂੰ ਪਤਾ ਲੱਗਾ ਜੀ ਇੰਦਰਾ ਗਾਂਧੀ ਨੇ 5 ਕਰੋੜ ਰੁਪਏ, ਉਦੋਂ 5 ਕਰੋੜ ਬਹੁਤ ਹੁੰਦੇ ਸੀ 1980  'ਚ ਜੀ ਜੀ, ਅੱਜ ਤੋਂ 37 ਸਾਲ ਪਹਿਲਾਂ। ਸਾਨੂੰ ਪਤਾ ਲੱਗਾ ਜੀ ਇੰਦਰਾ ਜੀ ਨੇ 5 ਕਰੋੜ ਰੁਪਏ ਭੇਜੇ ਆ ਅਤੇ ਸਾਨੂੰ ਜਿਹੜੇ ਪੰਜਾਬ ਵਾਲੇ ਲੀਡਰ ਹਿਸਾਬ ਨਹੀਂ ਦਿੰਦੇ, ਅਤੇ ਉਹ ਅਣਤੁੱਲੇ ਜਿਹਾ ਉਹਦੇ ਸਾਰੇ ਕੰਮ ਅਣਤੁੱਲੇ ਹੀ ਹੁੰਦੇ ਸੀ। ਉਹ ਕਹਿੰਦਾ ਅਰੇ ਬਾਈ ਆਪ 5 ਕਰੋੜ ਕੀ ਬਾਤ ਕਰਤੇ, ਮੁਝੇ ਇੰਦਰਾ ਜੀ ਨੇ 65 ਕਰੋੜ ਦੀਆ, ਮੁਝੇ ਪਤਾ ਹੀ ਨਹੀਂ ਕਹਾਂ ਚਲਾ ਗਿਆ, ਅਤੇ ਉੱਥੇ ਜਮਾ ਕੇ ਬੜਾ ਸੀ। ਸੋ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ 399 ਨੇ ਉੱਥੇ ਕਿੰਨੇ ਪੁੱਛਣਾ, ਤੁਸੀਂ ਆਪ ਹਿਸਾਬ ਕਰ ਲਓ। ਇਹ ਤਾਂ ਜਿਹੜਾ ਨਵਾਂ ਨੋਟ ਮੋਦੀ ਸਾਹਿਬ ਨੇ ਸ਼ੁਰੂ ਕੀਤਾ ਨਾ 500 ਦਾ, ਉਹਦੇ ਨਾਲ ਵੀ ਛੋਟੇ ਆ। ਅੱਛਾ ਜੀ, ਇੱਕ ਦਲਿਤ ਵਿਦਿਆਰਥੀਆਂ ਲਈ ਕੇਂਦਰ ਤੋਂ ਵਜ਼ੀਫੇ ਆਏ ਸੀ ਅਤੇ ਉਹ ਜਿਹੜਾ ਪੈਸਿਆਂ ਦਾ ਘੁਟਾਲਾ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ, ਅਤੇ ਹੁਣ ਕਹਾਣੀ ਕੀ ਨਿਕਲਦੀ ਜਾਪਦੀ, ਕਿਹੜਾ ਕਿਹੜਾ ਛਕੂਗਾ ਅਤੇ ਕਿਹੜਾ ਕਿਹੜਾ ਫਸੂਗਾ? ਦੇਖੋ ਇਹਦੇ 'ਚ ਪਿਛਲੀ ਸਰਕਾਰ ਵੇਲੇ ਹੋਇਆ ਕੰਮ ਹੈ ਜੀ। ਕੇਂਦਰ ਸਰਕਾਰ ਤੋਂ ਪੈਸਾ ਆਉਂਦਾ ਰਿਹਾ ਜੀ ਜੀ, ਉਹ ਪੈਸਾ ਆ ਕੇ ਅਗਲੇ ਪਾਸੇ ਦਲਿਤਾਂ ਨੂੰ ਵੰਡਿਆ ਨਹੀਂ ਗਿਆ। ਅਸੈਂਬਲੀ ਚੋਣ ਚੱਲਦੀ 'ਚ ਅਕਾਲੀ ਦਲ ਦੇ ਪਾਰਲੀਮੈਂਟ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਖਿਲਾਫ ਰੌਲਾ ਪਿਆ ਕਿ ਕੇਂਦਰ ਸਰਕਾਰ ਤੋਂ ਆਇਆ ਵਜ਼ੀਫਿਆਂ ਦਾ ਪੈਸਾ ਅੱਗੇ ਵੰਡਿਆ ਨਹੀਂ। ਰੌਲਾ ਇਸ ਕਰਕੇ ਪਿਆ ਜੀ ਕਿ ਸੁਖਬੀਰ ਸਿੰਘ ਬਾਦਲ ਨਾਲ ਰੇੜਕਾ ਪਾ ਕੇ ਉਹ ਬਾਗੀ ਹੋ ਗਿਆ। ਉਹ ਵੀ ਜਲਾਲਾਬਾਦ ਦਾ ਸੀ ਅਤੇ ਸੁਖਬੀਰ ਸਿੰਘ ਬਾਦਲ ਨੇ ਵੀ ਜਲਾਲਾਬਾਦ ਤੋਂ ਚੋਣ ਲੜਨੀ ਸੀ। ਇਹਨਾਂ ਨੇ ਫਿਰ ਉਹਨੂੰ ਚਾਰ ਫਿਰੋ ਘੇਰਨ ਵਾਸਤੇ ਉਹਦੇ ਕਾਲਜ ਜਿਹੜਾ ਉਹ ਚਲਾਉਂਦਾ, ਉਹਦਾ ਪਰਿਵਾਰ ਕਾਲਜ ਵੀ ਬਥੇਰੇ ਪੁੱਠੇ ਸਿੱਧੇ ਕੰਮ ਕਰਦਾ, ਉਹਦੇ ਬਿਜਲੀ ਬੁਜਲੀ ਵੀ ਕੱਟ ਦਿੱਤੀ, ਬਥੇਰਾ ਕੁਛ ਆਖਿਆ। ਇਹ ਆਖਿਆ ਗਿਆ ਕਿ ਇੰਨਾ ਵਜ਼ੀਫਿਆਂ 'ਚ ਰੱਖ ਲਈ ਹੋ ਗਏ, ਬਾਅਦ 'ਚ ਕੇਸ ਕਿਉਂ ਨਿਕਲਿਆ? ਇਸ ਕਰਕੇ ਨਹੀਂ ਨਿਕਲਿਆ ਕਿ ਉਹਦੇ ਵਿੱਚ ਇਕੱਲਾ ਸ਼ੇਰ ਸਿੰਘ ਘੁਬਾਇਆ ਦਾ ਨਾਂ ਥੋੜ੍ਹਾ ਜੀ। ਪੰਜਾਬ ਦੇ ਵਿੱਚ ਇਹੋ ਜਿਹੇ 200 ਅਦਾਰੇ ਹੋਣਗੇ, ਕੋਈ ਕਾਲਜ ਹੈ ਕੋਈ ਸਕੂਲ ਹੈ, ਜਿਨ੍ਹਾਂ 'ਚ ਇਹ ਹੇਰਾਫੇਰੀ ਹੋਈ ਆ। ਅੱਛਾ ਜੀ, ਔਰ ਹੇਰਾਫੇਰੀ ਕਿੱਦਾਂ? ਜਿੱਥੇ 5 ਬੱਚੇ ਨੇ ਦਲਿਤ, ਉੱਥੇ 65 ਦੇ ਜਾਂ 75 ਦੇ ਵਜ਼ੀਫੇ ਲੈ ਲਏ ਜਾਣ ਸੈਂਟਰ ਗੌਰਮੈਂਟ ਤੋਂ, ਰਜਿਸਟਰਾਂ 'ਚ ਜਾਅਲੀ ਨਾਂ ਭਰ ਕੇ ਲੈ ਲਏ ਜਾਣ। ਜਿਹੜੇ ਬੱਚੇ ਉੱਥੋਂ ਕਾਲਜ ਅਤੇ ਸਕੂਲ ਛੱਡ ਕੇ ਜਾ ਚੁੱਕੇ ਆ, ਉਹਨਾਂ ਦੇ ਨਾਂ 'ਤੇ ਵੀ ਵਜ਼ੀਫੇ ਲਈ ਜਾਓ ਜੀ ਜੀ। ਉਹਦੀ ਸ਼ਿਕਾਇਤ ਹੋ ਗਈ ਹੈ, ਉਹ ਸ਼ਿਕਾਇਤ ਹੁਣ ਪੜਤਾਲ ਚੱਲਦੀ ਪਈ ਹੈ। ਜੇ ਪੜਤਾਲ ਕੱਲ੍ਹ ਨੂੰ ਅੱਗੇ ਵੱਧ ਗਈ, ਇੱਥੇ ਬੜੇ ਲੋਕ ਫਸਣੇ ਆ ਜੀ ਜੀ। ਤੁਹਾਡੀ ਜਾਣਕਾਰੀ ਦੱਸਦਿਆਂ ਕਿ ਪੰਜਾਬ ਦੇ ਵਿੱਚ ਇੱਕ ਵਾਰੀ ਬਾਰਡਰ ਏਰੀਏ ਦਾ ਫੰਡਾਂ ਦਾ ਰੌਲਾ ਪਿਆ ਸੀ ਅਤੇ ਪੰਜਾਬ ਦੇ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਸੀ ਜੀ ਜੀ। ਬਾਅਦ ਵਿੱਚ ਇਹਨਾਂ ਨੇ ਵਿਜੀਲੈਂਸ ਦੀਆਂ ਰਿਪੋਰਟਾਂ ਬਣਾ ਕੇ ਸਭ ਕੁਝ ਠੀਕ ਠਾਕ ਕਰ ਦਿੱਤਾ। ਹੁਣ ਇਹ ਪਤਾ ਲੱਗਾ ਕਿ ਉਹ ਵੀ ਮਾਮਲਾ ਦੁਬਾਰਾ ਖੁੱਲ੍ਹਦਾ ਪਿਆ, ਮੋਦੀ ਸਾਹਿਬ ਵੀ ਖੁੱਲ੍ਹਣਾ ਚਾਹੁੰਦੇ ਆ, ਕਿਉਂਕਿ ਉਦੋਂ ਤਾਂ ਮਨਮੋਹਨ ਸਿੰਘ ਤੱਕ ਅਕਾਲੀਆਂ ਨੇ ਪਹੁੰਚ ਕਰ ਲਈ ਅਤੇ ਮਾਮਲਾ ਠੱਪ ਕਰ ਲਿਆ ਜੀ ਜੀ। ਮੋਦੀ ਸਾਹਿਬ ਵੀ ਖੁੱਲ੍ਹਣਾ ਚਾਹੁੰਦੇ ਆ ਅਤੇ ਕੈਪਟਨ ਅਮਰਿੰਦਰ ਸਿੰਘ ਵੀ, ਅਤੇ ਉਹਦੇ ਵਿੱਚ ਇੰਨੀ ਜ਼ਿਆਦਾ ਹੇਰਾਫੇਰੀ ਹੋਈ ਸੀ ਕਿ ਪੰਚਾਂ ਸਰਪੰਚਾਂ ਨੂੰ ਪਤਾ ਹੀ ਨਹੀਂ ਸੀ, ਉਹਨਾਂ ਦੇ ਨਾਂ ਦੇ ਉੱਤੇ ਬੈਂਕਾਂ 'ਚ ਅਕਾਊਂਟ ਖੁੱਲ੍ਹ ਕੇ ਚੈੱਕ ਇੱਧਰੋਂ ਉੱਧਰ ਪੈਸਾ ਗੜਬੜ ਹੋ ਗਿਆ। ਇੱਕ ਪਿੰਡ ਦੇ ਵਿੱਚ ਬੀਬੀ ਸਰਪੰਚ, ਉਹਦੀ ਥਾਂ 'ਤੇ ਕੋਈ ਜਵਾਕ ਜਿਹੜਾ ਉਹਨੂੰ ਖੜਾ ਕਰਕੇ ਸਰਪੰਚ ਬਣਾ ਕੇ ਅਤੇ ਪੈਸੇ ਕੱਢੇ ਗਏ। ਜਿਹੜਾ ਮੰਤਰੀ ਸੀ ਉਹ ਕਹਿੰਦਾ ਜੀ ਪਿੰਡਾਂ ਦੇ ਸਰਪੰਚਾਂ ਨੇ ਕੀ ਕੀਤਾ, ਵੀਡੀਓ ਨੇ ਕੀਤਾ, ਮੈਨੂੰ ਕੀ ਪਤਾ। ਪਰ ਮੰਤਰੀ ਨੂੰ ਆਪਣੇ ਪਿੰਡ ਦਾ ਤਾਂ ਪਤਾ ਸੀ ਨਾ, ਉਹਦੇ ਆਪਣੇ ਪਿੰਡ 'ਚ ਵੀ ਇਹੋ ਕੁਛ ਹੋਇਆ ਸੀ, ਉਹ ਸਾਰਾ ਮਾਮਲਾ ਦੁਬਾਰਾ ਖੁੱਲ੍ਹਦਾ ਪਿਆ। ਅੱਛਾ ਜੀ, ਇੱਦਾਂ ਦੇ ਕਈ ਮਾਮਲੇ ਜਿਹੜੇ ਖੁੱਲ੍ਹਣੇ ਆ। ਇਹਦੇ 'ਚ ਵਜ਼ੀਫਿਆਂ ਵਾਲਾ ਜਿਹੜਾ ਉਹ ਮੇਰਾ ਖਿਆਲ ਜਿਹੜੇ ਪੜਾਅ 'ਤੇ ਪਹੁੰਚ ਗਿਆ, ਅਗਲਿਆਂ ਦਿਨਾਂ 'ਚ ਕੋਈ FIR ਕੋਈ ਪਰਚਾ ਕਿਸੇ ਵਕਤ ਵੀ ਦਰਜ ਹੋ ਸਕਦਾ। ਨਹੀਂ ਪਰ ਇਹਦੇ ਅਸਾਰ ਕਿੰਨੇ ਗਏ, ਕਿਉਂਕਿ ਜੇ ਆਪਾਂ ਕਾਲਜਾਂ ਦੀ ਗੱਲ ਕਰੀਏ ਤਾਂ ਮੋਸਟਲੀ ਲੀਡਰਾਂ ਦੇ ਹੀ ਹੈ, ਅਤੇ ਤੁਹਾਨੂੰ ਆਸ ਹੈਗੀ ਵੀ ਕਿਉਂਕਿ ਉਹਨਾਂ 'ਤੇ ਪਰਚਾ ਹੋਊਗਾ? ਜੇ ਉਹਨਾਂ ਦੇ ਵਿੱਚ ਲੀਡਰ 5-7 ਕਾਂਗਰਸ ਹੀ ਨਿਕਲਾ ਹੈ ਅਤੇ ਫਿਰ ਦੂਸਰਿਆਂ ਦਾ ਵੀ ਬਚਾਅ ਜੋ, ਅਤੇ ਜੇ ਫਰਜ਼ ਕਰੋ ਭਾਜਪਾ ਦੇ ਕੋਈ 1-2 MLA ਵਗੈਰਾ ਨਿਕਲਾ ਹੈ ਜਾਂ ਕੋਈ ਸਾਬਕਾ MLA ਜਾਂ ਸਾਬਕਾ ਮੰਤਰੀ ਨਿਕਲਾ ਜੀ ਜੀ, ਉਹ ਫਿਰ ਦਿੱਲੀ ਜਾ ਕੇ ਪਹੁੰਚ ਕਰਨਗੇ ਜੀ ਅਸੀਂ ਵੀ ਨਾਲ ਮਾਰੇ ਜਾਣਾ, ਸਾਰਿਆਂ ਦੇ ਪਿੱਛਾ ਕਰ ਦਿਓ। ਪਰ ਉੱਦਾਂ ਅਜੇ ਤੱਕ ਦੀ ਰਿਪੋਰਟ ਜਿਹੜੀ ਆ ਉਹ ਇਹ ਆ ਜੀ ਕਿ ਪਰਚੇ ਦਰਜ ਹੋ ਜਾਣੇ। ਉਹ ਕਿਤੇ ਨਾ ਕਿਤੇ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਜੇ ਉਹੀ ਹੱਥ ਨਹੀਂ ਆਉਂਦੇ, ਜੇ ਹੋ ਗਿਆ ਤਾਂ ਕੁਛ ਨਾ ਕੁਛ ਇਹਨਾਂ ਦਾ ਬਣ ਜੂਗਾ, ਨਹੀਂ ਤਾਂ ਇੱਥੋਂ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਜਿਹੜੇ ਵਜ਼ੀਫੇ ਵਾਕਿਆ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਲਈ ਉੱਪਰੋਂ ਤੁਰਦੇ ਵੀ ਨੇ, ਕਿਤੇ ਨਾ ਕਿਤੇ ਜੇ ਉੱਪਰ ਬੈਠੀਆਂ ਸਰਕਾਰਾਂ ਕੁਛ ਕਰਨਾ ਵੀ ਚਾਹੁੰਦੀਆਂ ਨੇ ਤਾਂ ਥੱਲੇ ਹਰ ਥਾਂ ਦੇ ਉੱਪਰ ਇੱਕ ਤਰ੍ਹਾਂ ਨਾਲ ਮੋਰੀਆਂ ਨੇ, ਹੁਣ ਤਾਂ ਵੱਡੇ ਵੱਡੇ ਮੋਗੇ ਬਣੇ ਹੋਏ ਆ ਜਿਨ੍ਹਾਂ ਤੋਂ ਉਹ ਚੀਜ਼ਾਂ ਸਾਰੀਆਂ ਬਾਹਰ ਚਲੇ ਜਾਂਦੀਆਂ ਅਤੇ ਜਿਹੜਾ ਅਸਲੀ ਬੈਨੀਫਿਸ਼ਰੀ ਹੈ ਉਹ ਤੱਕ ਉਹ ਚੀਜ਼ ਨਹੀਂ ਪਹੁੰਚਦੀ। ਪੰਜਾਬ 'ਚ ਜਾਅਲੀ ਟੀਚਰਾਂ ਦੇ ਨਾਂ 'ਤੇ ਜੀ ਸਰਕਾਰ ਤੋਂ ਤਨਖਾਹਾਂ ਦੇ ਪੈਸੇ ਲੈਣ ਅਤੇ ਪ੍ਰਬੰਧਕਾਂ ਵੱਲੋਂ ਆਪ ਖਾਣ ਦਾ ਇੱਕ ਘੁਟਾਲਾ ਸਾਹਮਣੇ ਆਇਆ। ਮੈਂ ਕਿਹਾ ਗੱਲ ਹੁਣ ਚੱਲੀ ਹੈ ਅਤੇ ਇਹ ਵੀ ਨਾਲ ਜੋੜ ਹੀ ਲਈਏ। ਇਹ ਬਾਦਲ ਸਾਹਿਬ ਦੇ ਵਕਤ ਆਦਰਸ਼ ਸਕੂਲ ਬਣਾਏ ਗਏ ਸੀ ਜੀ, ਉਹਨਾਂ ਦੇ ਨਾਂ 'ਤੇ ਆਦਰਸ਼ ਸੁਸਾਇਟੀਆਂ ਬਣਾਈਆਂ ਗਈਆਂ ਜੀ ਜੀ। ਰੌਲਾ ਉਦੋਂ ਹੀ ਪੈ ਗਿਆ ਸੀ, ਉਹ ਸਾਰੇ ਮਾੜੇ ਨਹੀਂ ਸੀ,
ਪਰ ਉਹਨਾਂ 'ਚੋਂ ਕਈ ਕੇਸ ਇਹੋ ਜਿਹੇ ਸੀ ਜਿੱਥੇ ਦਾਗੀ ਬੰਦੇ ਜਿਨ੍ਹਾਂ 'ਤੇ ਕੇਸ ਚੱਲਦੇ ਪਏ ਸੀ, ਜਿਹੜੇ ਭ੍ਰਿਸ਼ਟਾਚਾਰੀ ਸੀ ਜੀ ਜੀ, ਉਹਨਾਂ ਦੇ ਨਾਂ 'ਤੇ ਆਦਰਸ਼ ਸੁਸਾਇਟੀਆਂ ਬਣਾ ਲਈਆਂ ਗਈਆਂ ਸੀ। ਇਹ ਰੈਫਰੀ ਉਦੋਂ ਵੀ ਜੀ ਬਿਲਕੁਲ ਉਹਨਾਂ ਨੂੰ ਪੰਚਾਇਤਾਂ ਦੀਆਂ ਜ਼ਮੀਨਾਂ ਮੁਫਤੋਂ ਮੁਫਤ ਵਿੱਚ ਹੀ ਸੌਂਪ ਦਿੱਤੀਆਂ ਗਈਆਂ ਕਿ ਇੱਥੇ ਇਹਨਾਂ ਨੇ ਆਦਰਸ਼ ਸਕੂਲ ਚਲਾਉਣਾ ਅਤੇ ਤੁਹਾਡੇ ਪਿੰਡ ਦਾ ਬਹੁਤ ਭਲਾ ਹੋ ਜਾਣਾ, ਤੁਹਾਡਾ ਪਿੰਡ ਤਾਂ ਆਦਰਸ਼ ਗ੍ਰਾਮ ਬਣ ਜਾਣਾ ਜੀ। ਉਹਨਾਂ 'ਚੋਂ ਇੱਕ ਦੋ ਸਕੂਲ ਬਾਅਦ 'ਚ ਕਹਿੰਦੇ ਬੰਦ ਵੀ ਹੋ ਗਏ, ਹੁਣ ਪਤਾ ਨਹੀਂ ਬੰਦ ਹੋਏ ਕਿ ਨਹੀਂ ਹੋਏ, ਹੁੰਦੇ ਫਿਰਦੇ ਸੀ ਅਤੇ ਉਹਨਾਂ ਜ਼ਮੀਨਾਂ ਦਾ ਵੀ ਰੱਫੜਿਆ, ਪੰਚਾਇਤਾਂ ਕਹਿੰਦੀਆਂ ਸਾਡੀਆਂ ਜ਼ਮੀਨਾਂ ਵਾਪਸ ਦੇ ਦਿਓ ਜੀ ਜੀ, ਧੱਕੇ ਨਾਲ ਉਦੋਂ ਲਈਆਂ ਗਈਆਂ ਸੀ। ਦੂਸਰੀ ਗੱਲ ਇਹ ਨਿਕਲੀ ਆ, ਇਹ ਹੁਣ ਹਾਈ ਕੋਰਟ ਤੱਕ ਵੀ ਕੇਸ ਪਹੁੰਚ ਗਿਆ ਜੀ ਜੀ, ਖਾਸ ਕਰਕੇ ਫਰੀਦਕੋਟ ਜ਼ਿਲ੍ਹੇ ਦਾ ਇੱਕ ਕੇਸ ਆ। ਉਹ 'ਚੋਂ ਕਹਿੰਦੇ ਆ ਕਿ ਸਕੂਲ ਵਾਲਿਆਂ ਨੇ ਉਨੇ ਟੀਚਰ ਰੱਖੇ ਨਹੀਂ ਸੀ ਜਿੰਨੇ ਟੀਚਰਾਂ ਦੇ ਨਾਂ 'ਤੇ ਪੰਜਾਬ ਸਰਕਾਰ ਤੋਂ, ਸਰਕਾਰ ਵਿੱਚ ਸਾਂਝ ਸੀ, ਤਨਖਾਹਾਂ ਲਈ ਗਏ ਉਹਨਾਂ ਆਦਰਸ਼ ਸਕੂਲਾਂ ਵਾਸਤੇ, ਤਨਖਾਹਾਂ ਸਰਕਾਰ ਦੇ ਰਹੀ ਸੀ, ਉਹ ਤਨਖਾਹਾਂ ਸਰਕਾਰ ਤੋਂ ਲਈ ਗਏ ਨੇ ਜੀ ਜੀ। ਜਦੋਂ ਸਕੂਲ 'ਚ ਟੀਚਰ ਹੀ ਹੈ ਨਹੀਂ, ਉਸ ਨਾਂ ਦੇ ਕੋਈ ਲੱਭਦੇ ਹੀ ਨਹੀਂ ਕਿਤੇ, ਅਤੇ ਤਨਖਾਹਾਂ ਕਿੱਦਾਂ ਲਈ ਗਏ? ਤੀਸਰੀ ਗੱਲ ਇਹਦੇ ਨਾਲ ਇਹ ਹੈ ਕਿ ਜਾਅਲੀ ਟੀਚਰਾਂ ਦੇ ਨਾਂ 'ਤੇ ਤਨਖਾਹਾਂ ਤਾਂ ਲਈਆਂ ਹੀ ਲਈਆਂ ਜਿਹੜੇ ਹੈ ਹੀ ਨਹੀਂ। ਇੱਕ ਕੰਮ ਹੋਰ ਕੀਤਾ ਗਿਆ ਕਿ ਜਿਹੜੇ ਟੀਚਰ ਉੱਥੇ ਰੱਖੇ ਸਨ ਉਹਨਾਂ ਤੋਂ ਤਨਖਾਹ ਘੱਟ ਦਿੱਤੀ ਜਾਂਦੀ ਸੀ ਅਤੇ ਵੱਧ ਦੱਸ ਕੇ ਕਰਾਏ ਜਾ ਰਹੇ ਸੀ। ਇੱਦਾਂ ਦਾ ਇੱਕ ਨਹੀਂ ਕਈ ਕਿਸਮ ਦਾ ਕਾਲਾ ਮਾਲਾ ਜੀ। ਅਸੀਂ ਜਦੋਂ ਛੋਟੇ ਹੁੰਦੇ ਸਾਂ, ਪ੍ਰਤਾਪ ਸਿੰਘ ਕੈਰੋਂ ਦਾ ਰਾਜ ਸੀ, ਅੱਜ ਤੋਂ 50 ਸਾਲ ਪਹਿਲਾਂ ਦੀਆਂ ਗੱਲਾਂ, ਇੱਕ ਵਾਰੀ ਬਹੁਤ ਰੌਲਾ ਪਿਆ ਅਤੇ ਫਿਰ ਮੈਥ ਦੀ ਕਿਤਾਬ ਦੇ ਵਿੱਚੋਂ ਉਹ ਸਵਾਲ ਕੱਟੇ ਗਏ ਸਨ। ਸਵਾਲ ਕੀ ਸੀ? ਇੱਕ ਦੋਧੀ ਇੱਕ ਪਿੰਡ ਦੇ ਵਿੱਚੋਂ 40 ਕਿਲੋ ਦੁੱਧ ਇਕੱਠਾ ਕਰਦਾ, ਜੇ ਰਸਤੇ 'ਚ ਉਹਦੇ ਵਿੱਚ 10 ਕਿਲੋ ਪਾਣੀ ਮਿਲਾ ਦੇਵੇ ਤਾਂ ਉਹਨੂੰ ਕਿੰਨਾ ਮੁਨਾਫਾ ਹੋਵੇਗਾ? ਪ੍ਰੋਫਿਟ ਐਂਡ ਲਾਸ ਦੇ, ਲਾਭਹਾਨੀ ਦੇ ਸਵਾਲ ਬੱਚਿਆਂ ਨੂੰ ਪੜ੍ਹਾਏ ਜਾਂਦੇ ਸੀ। ਇਹਦਾ ਪੈ ਗਿਆ ਰੌਲਾ ਕਿ ਤੁਸੀਂ ਜੰਮਦੇ ਜਵਾਕਾਂ ਨੂੰ ਇਹ ਸਿਖਾਉਣਾ ਚਾਹੁੰਦੇ ਹੈ ਕਿ ਪਾਣੀ, ਦੁੱਧ 'ਚ ਪਾਣੀ ਪਾਈਏ ਤਾਂ ਇੰਨੇ ਕੁ ਪੈਸੇ ਕਮਾ ਲਈਦੇ ਆ। ਫਿਰ ਅਗਲੀ ਵਾਰੀ ਮੈਥ ਦੇ ਵਿੱਚੋਂ ਉਹ ਸਵਾਲ ਕੱਢ ਦਿੱਤੇ ਗਏ ਸਨ। ਉਹ ਜਿਹੜੀ ਗੱਲ 50 ਸਾਲ ਪਹਿਲਾਂ ਸੀ, ਹੁਣ ਇੱਥੇ ਨਵੇਂ ਰੂਪ ਵਿੱਚ ਹੈ। ਹੁਣ ਮੈਥ ਦੀਆਂ ਕਿਤਾਬਾਂ ਵਿੱਚ ਨਹੀਂ, ਸਿਲੇਬਸ ਦੀਆਂ ਕਿਤਾਬਾਂ ਵਿੱਚ ਨਹੀਂ, ਪਰ ਜੇ ਮੈਨੇਜਮੈਂਟ ਜਾਅਲੀ ਟੀਚਰ ਰੱਖ ਕੇ 5 ਟੀਚਰ ਰੱਖੇ ਹੋਣ ਅਤੇ 25 ਤਨਖਾਹ ਸਰਕਾਰ ਤੋਂ ਲੈਂਦੀ ਹੋਵੇ, ਜਿਹੜੇ 5 ਰੱਖੇ ਆ ਉਹ ਕਲਾਸ ਵਿੱਚ ਬੱਚਿਆਂ ਦੇ ਸਾਹਮਣੇ ਵੀ ਗੱਲ ਕਰਦੇ ਹੋਣ ਕਿ ਮੇਰੇ ਤਾਂ 8000 ਰੁਪਈਏ ਆ, ਦਸਖਤ ਮੇਰੇ ਤੋਂ 28000 ਦੇ ਕਰਾ ਲਏ ਆ, ਅਤੇ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਕੀ ਹੁੰਦਾ? ਉਹ ਫਿਰ ਬੱਚੇ ਸਭ ਕੁਝ ਇੱਥੋਂ ਇਹੋ ਸਿੱਖਣਗੇ ਨਾ, ਅਤੇ ਜਦੋਂ ਸਿੱਖ ਜਾਣਗੇ ਫਿਰ ਉਹ ਵੱਡੇ ਹੋ ਕੇ ਕਿਸੇ ਨਾ ਕਿਸੇ ਪਾਰਟੀ ਦਾ ਪ੍ਰਾਊਡ ਟੂ ਬੀ ਫਲਾਨੀ ਪਾਰਟੀ ਉਹਦੇ ਫਿਰ ਸਟਿੱਕਰ ਲਾ ਕੇ ਫਿਰਨਗੇ, ਫਿਰ ਉਹ ਦੇਸ਼ ਦਾ ਭਲਾ ਤਾਂ ਨਹੀਂ ਕਰਦੇ, ਫਿਰ ਉਹਨਾਂ ਤੋਂ ਤਾਂ ਉਹ ਤਾਂ ਪ੍ਰਾਊਡ ਹੀ ਕਰਨਗੇ, ਕੁਝ ਪਾਰਟੀ ਦਾ ਕਰਨਗੇ, ਕੁਝ ਦੇਸ਼ ਦਾ ਕਰਨਗੇ। ਜਿਹੜੇ ਭਵਿੱਖ ਦੇ ਲੀਡਰ ਆ ਜਾਂ ਭਵਿੱਖ ਦਾ ਯੂਥ ਫਰੰਟ ਆ ਵੱਖ ਵੱਖ ਪਾਰਟੀਆਂ ਤਿਆਰ ਕਰਨ ਵਾਸਤੇ, ਉਹ ਫੌਜ ਹੁਣ ਸਾਡੇ ਪ੍ਰਾਇਮਰੀ ਸਕੂਲਾਂ 'ਚੋਂ, ਆਦਰਸ਼ ਸਕੂਲਾਂ 'ਚੋਂ ਉਹਨਾਂ 'ਚੋਂ ਤਿਆਰ ਕੀਤੀ ਜਾਣ ਲੱਗ ਪਈ ਆ। ਇਹ ਇਕੱਲਾ ਇਹ ਨਹੀਂ ਸਮਝਣਾ ਚਾਹੀਦਾ ਕਰਪਸ਼ਨ ਹੋ ਰਹੀ ਆ, ਕਰਪਸ਼ਨ ਦੇ ਨਾਲ ਨਾਲ ਭਵਿੱਖ ਦੇ ਰਾਜਨੀਤਿਕ ਲੀਡਰ ਵੀ ਤਿਆਰ ਕੀਤੇ ਜਾ ਰਹੇ ਆ, ਕਿਉਂਕਿ ਇਹਨਾਂ ਨੂੰ ਪਤਾ ਕਿ ਹੁਣ ਅੱਗੋਂ ਇੱਦਾਂ ਦੀ ਲੋੜ ਪੈਣੀ ਹੈ। ਹਾਂ, ਮਤਲਬ ਹੁਣ ਤੋਂ ਹੀ ਉਹਨਾਂ ਦੀ ਤਿਆਰੀ ਹੈ, ਉਹਨਾਂ ਨੂੰ ਸਿਖਾਇਆ ਜਾ ਰਿਹਾ ਵੀ ਕਿਵੇਂ ਦੇਸ਼ ਨੂੰ ਤੁਸੀਂ ਚਲਾਉਣਾ, ਤਰੱਕੀ ਦੀ ਰਾਹ। ਆਖਿਰਕਾਰ ਅੱਗੇ ਕਹਿੰਦੇ ਹੁੰਦੇ ਸੀ ਕਿ ਇਹਨਾਂ ਬੱਚਿਆਂ ਨੂੰ ਇਹੋ ਜਿਹੀ ਪੜ੍ਹਾਈ ਕਰਾਓ, ਕੱਲ੍ਹ ਨੂੰ ਇਹਨਾਂ ਦੇ ਵਿੱਚੋਂ ਕੋਈ ਏਅਰ ਮਾਰਸ਼ਲ ਅਰਜਨ ਸਿੰਘ ਨਿਕਲੇਗਾ ਜੀ, ਇਹਨਾਂ 'ਚੋਂ ਕੋਈ ਜਨਰਲ ਵਿਕਰਮ ਸਿੰਘ ਨਿਕਲੇਗਾ ਜੀ। ਹੁਣ ਮੇਰਾ ਖਿਆਲ ਸਕੂਲ 'ਚ ਕਹਿੰਦੇ ਹੋਣੇ ਕਰਾਓ ਪੜ੍ਹਾਈ ਤਿਆਰ ਨਾ ਚੱਜ ਨਾਲ, ਇਹਨਾਂ 'ਚੋਂ ਕੱਲ੍ਹ ਨੂੰ ਕੋਈ ਸੋਚਾ ਸੋ ਲਗਾ ਹੀ ਨਿਕਲੇਗਾ। ਮਤਲਬ ਪੁੱਠੇ ਪਾਸੇ ਨੂੰ ਕੰਮ ਚੱਲ ਪਿਆ, ਇਹ ਤਾਂ ਸਾਨੂੰ ਸ਼ਰਮ ਵੀ ਆਉਂਦੀ ਹੈ ਕਦੇ ਕਦਾਈ, ਆਪਣੇ ਆਪ 'ਤੇ ਹਾਸਾ ਹੁੰਦਾ ਕਦੇ ਕਦਾਈ, ਫਿਰ ਬੜਾ ਮਨ ਖਰਾਬ ਹੋ ਜਾਂਦਾ ਜੀ ਜੀ ਕਿ ਸਾਡਾ ਦੇਸ਼ ਕਿਹੜੇ ਪਾਸੇ ਨੂੰ ਤੁਰ ਗਿਆ। ਹਾਂ, ਅਸੀਂ 30 ਸਾਲ ਪਹਿਲਾਂ ਸੁਣਦੇ ਹੁੰਦੇ ਸੀ ਫਲਾਨਾ ਬੜਾ ਬੇਈਮਾਨ ਹੈ ਜੀ, ਕਿਉਂਕਿ ਸਾਰਾ ਪਿੰਡ ਇਮਾਨਦਾਰ ਹੁੰਦਾ ਸੀ ਅਤੇ ਇੱਕ ਅੱਧਾ ਬੇਈਮਾਨ ਹੁੰਦਾ ਸੀ ਅਤੇ ਉਹਦੀ ਲੋਕ ਚਰਚਾ ਕਰਦੇ ਸੀ, ਫਿਰ ਲੋਕਾਂ ਨੇ ਕਹਿਣਾ ਬੰਦ ਕਰਤਾ। ਹੁਣ 30 ਸਾਲ ਲਗਾ ਕੇ ਦੁਬਾਰਾ ਕਹਿਣ ਲੱਗ ਪਏ, ਪਰ ਹੁਣ ਇਹ ਨਹੀਂ ਕਹਿੰਦੇ ਫਲਾਨਾ ਬੜਾ ਬੇਈਮਾਨ, ਹੁਣ ਕਹਿੰਦੇ ਫਲਾਨਾ ਬੜਾ ਬੇਵਕੂਫ ਆ, ਅਜੇ ਵੀ ਇਮਾਨਦਾਰੀ ਨੂੰ ਚੰਬੜਿਆ ਪਿਆ। ਇਹਦਾ ਮਤਲਬ ਕਿ ਉਦੋਂ ਜਿਹੜਾ ਬੇਈਮਾਨ ਹੈ ਉਹ ਦਾਲ 'ਚ ਕੋਕੜੂ ਹੁੰਦਾ ਸੀ, ਹੁਣ ਇਮਾਨਦਾਰ ਬੰਦਾ ਜਿਹੜਾ ਉਹਨੂੰ ਬਲੈਕ ਸ਼ੀਪ, ਕਾਲੀ ਭੇਡ ਸਮਝਿਆ ਜਾਂਦਾ, ਇਹ ਇਸ ਬਾਕੀਆਂ ਦਾ ਵੀ ਐਵੇਂ ਭੇਦ ਖੋਲ ਦੂਗਾ, ਇਹਨੂੰ ਲਾਗੇ ਨਾ ਲੱਗਣ ਦਿਓ। ਇਮਾਨਦਾਰੀ ਨੂੰ ਇੰਨੀ ਮਾੜੀ ਸਮਝਿਆ ਜਾਵੇ ਕਿ ਹੁਣ ਲੱਗ ਪੈਣਗਾ ਬੜਾ ਬੇਵਕੂਫ ਹੈ, ਅਜੇ ਵੀ ਇਮਾਨਦਾਰੀ ਨੂੰ ਚੰਬੜਿਆ ਪਿਆ। ਹਾਲਾਤ ਜਿੱਧਰ ਨੂੰ ਜਾ ਰਹੇ ਨੇ ਉਹਦੇ 'ਚ
ਹੁਣ ਤਾਂ ਕੋਈ ਕੀ ਬਣੂ ਦੁਨੀਆ ਦਾ ਹੁਣ ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਵੀ ਪਤਾ ਵੀ ਕੀ ਬਣਨਾ। ਅੱਛਾ ਇੱਕ ਚੀਜ਼ ਹੋਰ ਪੰਨੂ ਸਾਹਿਬ, ਮੈਂ ਜ਼ਰੂਰ ਇਹ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ, ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਬਹੁਤ ਸਾਰੀਆਂ ਤਸਵੀਰਾਂ ਦੇਖੀਆਂ ਹੋਣੀਆਂ। ਇਹ ਜੁਮਲਾ ਮੇਰਾ ਖਿਆਲ ਰਾਹੁਲ ਗਾਂਧੀ ਹੋਰਾਂ ਨੇ ਛੱਡਿਆ ਸੀ ਕਿ ਵਿਕਾਸ ਪਾਗਲ ਹੋ ਗਿਆ, ਅਤੇ ਉਹਦੇ ਨਾਲ ਜੋੜ ਕੇ ਉਹ ਜਿਹੜੀਆਂ ਫੋਟੋਆਂ ਨੇ ਕਿਤੇ ਵਿਚਾਰੇ ਚੱਕੜ 'ਚੋਂ ਨਿਆਣੇ ਤੁਰੇ ਜਾਂਦੇ, ਉੱਪਰ ਲਿਖਿਆ ਹੁੰਦਾ ਵਿਕਾਸ ਪਾਗਲ ਹੋ ਗਿਆ, ਕਿਤੇ ਗਰੀਬ ਵਿਚਾਰਾ ਸੜਕ ਫੁੱਟਪਾਥ 'ਤੇ ਤੁਰਿਆ ਜਾਂਦਾ ਅਤੇ ਵਿਕਾਸ ਪਾਗਲ ਹੋ ਗਿਆ। ਜਿੱਦਾਂ ਹੁਣ ਕੱਲ੍ਹ ਉਹ ਮੁੰਬਈ ਦੀ ਘਟਨਾ ਵਾਪਰੀ, ਉਹਦੇ ਥੱਲੇ ਵੀ ਕੱਲ੍ਹ ਫੋਟੋਗ੍ਰਾਫ ਥੱਲੇ ਲਿਖਿਆ ਸੀ ਵਿਕਾਸ ਪਾਗਲ ਹੋ ਗਿਆ। ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ, ਇੱਕ ਪਾਸੇ ਵਿਕਾਸ ਵਿਕਾਸ ਦਾ ਰੌਲਾ ਅਤੇ ਸੱਚਾਈ ਕੁਛ ਹੋਰ? ਇਸ ਮੁੰਡੇ ਨੇ, ਕਿਉਂਕਿ ਸਿਆਸੀ ਲੀਡਰ ਹੈ, ਨਰਿੰਦਰ ਮੋਦੀ ਦਾ ਵਿਰੋਧੀ ਪਾਰਟੀ ਦਾ ਲੀਡਰ ਹੈ ਜੀ, ਅਤੇ ਨਰਿੰਦਰ ਮੋਦੀ ਦੇ ਰਾਜ ਗੁਜਰਾਤ ਵਿੱਚ ਜਾ ਕੇ ਜੁਮਲਾ ਵਰਤਿਆ ਜੀ, ਲਿਖ ਕੇ ਤਾਂ ਇਹਨੂੰ ਇਹਦੇ ਕਿਸੇ ਪੀ ਏ ਨੇ ਦਿੱਤਾ ਹੋਊਗਾ ਜਾਂ ਨਾਲ ਦੇ ਦੋ ਮਿੱਤਰਾਂ ਦਿੱਤਾ ਹੋਊਗਾ, ਆਪ ਤਾਂ ਇੰਨਾ ਸਿਆਣਾ ਹੈ ਨਹੀਂ ਉਹ ਕਿਹੋ ਜਿਹੀ ਗੱਲ ਕਹਿ ਸਕੇ ਜੀ। ਇਹ ਜੁਮਲਾ ਇਸ ਕਰਕੇ ਚਰਚਿਤ ਹੋ ਗਿਆ, ਉੱਦਾਂ ਇੱਕ ਕਿਤਾਬ ਜਰਮਨੀ ਦੇ ਵਿੱਚ ਕੋਈ 20 ਸਾਲ ਪਹਿਲਾਂ, ਸ਼ਾਇਦ 30 ਸਾਲ ਪਹਿਲਾਂ ਛਪੀ ਸੀ ਜੀ ਜੀ, ਉਹ ਜਰਮਨੀ ਭਾਸ਼ਾ ਵਿੱਚ ਵੀ ਅਤੇ ਅੰਗਰੇਜ਼ੀ ਵਿੱਚ ਵੀ ਹੈਗੀ ਸੀ ਕਿ ਭਾਰਤ ਜਿਹੋ ਜਿਹਾ ਮੈਂ ਵੇਖਿਆ। ਉਹ ਇੱਕ ਟੂਰਿਸਟ ਨੇ ਜਾ ਕੇ ਲਿਖੀ ਸੀ, ਉਹ ਸਾਰੀ ਦੱਸਦੀ ਕਿ ਭਾਰਤ ਵਿੱਚ ਕੀ ਹੈ ਜੀ। ਉਹਦੇ ਵਿੱਚ ਹੀ ਇਹ ਦੱਸਿਆ ਗਿਆ ਕਿ 6 ਲੇਨ ਹਾਈਵੇ ਬਣਾਇਆ ਗਿਆ, 3 ਲਾਈਨਾਂ ਉੱਧਰ ਹੈ, 3 ਲਾਈਨਾਂ ਉੱਧਰ ਹੈ, ਲਾਈਨਾਂ ਲੱਗੀਆਂ ਨੇ, ਉਹਦੇ ਵਿਚਾਲੇ ਗਾਵਾਂ ਬੈਠੀਆਂ ਅਤੇ ਮੱਝਾਂ ਬੈਠੀਆਂ ਜੁਗਾਲੀ ਕਰਦੀਆਂ, ਟਰੱਕ ਅਤੇ ਬੱਸਾਂ ਉਹ ਸਾਰੇ ਕੱਚੇ ਥਾਂ ਤੋਂ ਹੋ ਕੇ ਵਾਰੀ ਵਾਰੀ ਔਖੇ ਹੋ ਕੇ ਲੰਘ ਰਿਹਾ। ਉਹਦੇ ਲਿਖਿਆ ਦਿਸ ਇਜ਼ ਇੰਡੀਆ। ਇੱਕ ਹੋਰ ਥਾਂ 'ਤੇ ਉਹਨਾਂ ਨੇ ਵਿਖਾਇਆ ਜੀ ਕਿ ਇੱਕ ਬੰਦੇ ਦੇ ਨੰਬਰ ਪਲੇਟ ਜਿਹੜੀ ਆ ਗੱਡੀ ਦੀ, ਉੱਥੇ ਹਥਿਆਰਾਂ ਦੇ ਨਿਸ਼ਾਨ ਹੈ ਥੱਲੇ, ਜੋ ਲਿਖਿਆ ਉਹ ਸਾਡੇ ਪੰਜਾਬ ਵੱਲ ਮੁੜ ਕੇ ਫਿਰ ਇਸ਼ਾਰਾ ਕਰੇਗਾ। ਉਹ ਕਿਹਾ ਉਹਨਾਂ ਕਿਹਾ ਜੀ ਇਹ ਵੀ ਇੰਡੀਆ 'ਚ ਹੁੰਦਾ। ਇਸ ਤਰ੍ਹਾਂ ਦੀਆਂ ਜਿੰਨੀਆਂ ਗੱਲਾਂ ਸਨ ਕੁੰਭ ਦੇ ਮੇਲੇ ਬਾਰੇ ਵੀ ਜੀ, ਉਹ ਸਾਰੀਆਂ ਪਾ ਕੇ ਅਤੇ ਉਹਨੇ ਆਖਿਆ ਅਸੀਂ ਇੰਡੀਆ 'ਚ ਜਾਓ, ਇਹ ਕੁਛ ਵੇਖਣ ਨੂੰ ਮਿਲਦਾ। ਇਹ ਜੋ ਕੁਛ ਅਸੀਂ ਵੇਖਦੇ ਹਾਂ ਉਹ ਸਾਨੂੰ ਨਹੀਂ ਦੱਸਦਾ। ਇੱਥੇ ਸਾਡੇ ਜਲੰਧਰ 'ਚ ਇੱਕ ਵਾਰੀ ਇੱਕ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣ ਗਿਆ ਸੀ, ਰਾਤ ਨੂੰ ਚੇਅਰਮੈਨ ਬਣਿਆ, ਅਤੇ ਉਹਨੇ ਸਮਝਿਆ ਮੈਂ ਚੇਅਰਮੈਨ ਬਣ ਗਿਆ, ਸ਼ਾਇਦ ਸਾਰਾ ਜਲੰਧਰ ਹੀ ਤਰੱਕੀ ਕਰ ਗਿਆ। ਅਗਲੇ ਦਿਨ ਜਲੰਧਰ ਦੇ ਬਾਈਪਾਸ ਤੋਂ ਜਿੱਥੋਂ ਜਿੱਥੋਂ ਸ਼ਹਿਰ ਦੇ ਵਿੱਚ ਐਂਟਰੈਂਸ ਸੀ, ਉਹਨਾਂ ਸਾਰਿਆਂ ਪਾਸਿਆਂ 'ਤੇ ਵੱਡੇ ਵੱਡੇ ਬੋਰਡ ਲਵਾ ਤੇ, ਜ਼ਰਾ ਮੁਸਕਰਾ ਦਿਓ ਕਿ ਆਪ ਜਲੰਧਰ ਮੈਂ ਹੈ। ਅਤੇ ਲੋਕਾਂ ਨੇ ਜਿੱਥੇ ਜਿੱਥੇ ਕੂੜੇ ਦੇ ਢੇਰ ਸੀ ਉਹਨਾਂ ਸਾਰਿਆਂ ਉੱਤੇ ਜਾ ਕੇ ਫੱਟੀਆਂ ਲਾ ਦਿੱਤੀਆਂ, ਜ਼ਰਾ ਮੁਸਕਰਾ ਦਿਓ ਕਿ ਆਪ ਜਲੰਧਰ ਮੈਂ ਹੈ। ਲੋਕ ਜਿੱਦਾਂ ਹੁਣ ਵਿਕਾਸ ਪਾਗਲ ਹੋ ਗਿਆ ਤਾਂ ਜੁਮਲਾ ਇਸ ਵੇਲੇ ਸੋਸ਼ਲ ਮੀਡੀਆ 'ਤੇ ਆ ਜੀ, ਉਦੋਂ ਸੋਸ਼ਲ ਮੀਡੀਆ 'ਤੇ ਸੀ ਹੁੰਦਾ, ਪਰ ਲੋਕਾਂ ਨੇ ਇਹ ਵੇਖ ਕੇ ਕਿ ਸਾਨੂੰ ਚੜਾਉਂਦਾ ਪਿਆ ਜੀ ਕਿ ਸ਼ਹਿਰ ਦੀ ਇਤਿਹਾਸ ਹਾਲਤ ਹੋਈ ਪਈ ਹੈ, ਜਿੱਥੇ ਮਤਲਬ ਸਭ ਤੋਂ ਵੱਧ ਕੁੱਤਿਆਂ ਦਾ ਡੇਰਾ ਸੀ BMC ਚੌਕ ਦੇ ਲਾਗੇ ਜੀ, ਔਰ ਸਾਰਾ ਦਿਨ ਉੱਥੋਂ ਲੰਘਣਾ ਔਖਾ ਸੀ, ਉਹਦੇ ਲਾਗੇ ਜਾ ਕੇ ਵੀ ਇੱਕ ਫੋਟੋ ਟੰਗ ਗਿਆ, ਉਹ ਪੱਟੀ ਟੰਗ ਗਿਆ, ਜ਼ਰਾ ਮੁਸਕਰਾ ਦਿਓ ਕਿ ਆਪ ਜਲੰਧਰ ਮੈਂ ਹੈ। ਜਦ ਤੱਕ ਅਸੀਂ ਹਕੀਕਤਾਂ ਦੇ ਵਿੱਚ ਸਮਾਜ ਦੀ ਹਾਲਤ ਸੁਧਾਰਦੇ ਨਹੀਂ, ਉਹਨਾਂ ਚਿਰ ਤੱਕ ਵੀ ਨਰਿੰਦਰ ਮੋਦੀ ਸਾਹਿਬ ਕਹੀ ਜਾਂਦੇ ਆ ਵਿਕਾਸ ਪਾਗਲ, ਵਿਕਾਸ ਬਹੁਤ ਹੋ ਗਿਆ, ਅਤੇ ਰਾਹੁਲ ਗਾਂਧੀ ਕਹਿੰਦਾ ਵਿਕਾਸ ਪਾਗਲ ਹੋ ਗਿਆ। ਇਹਦੇ 'ਤੇ BJP ਵਾਲਿਆਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ। ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਜੀ, ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਵਾਸਤੇ 5-6 ਕਿਸਮ ਦੇ ਇਸ਼ਤਿਹਾਰ ਪੇਸ਼ ਕੀਤੇ ਸੀ, ਜਿਨ੍ਹਾਂ 'ਚ ਕਿਸੇ 'ਤੇ ਸੜਕਾਂ ਵਿਖਾਈਆਂ ਸੀ, ਕਿਸੇ 'ਤੇ ਖੇਤੀ ਵਿਖਾਈ ਸੀ, ਕਿਸੇ 'ਚ ਸਕੂਲ ਅਤੇ ਇੰਡਸਟਰੀ ਵਿਖਾਈ ਸੀ, ਅਤੇ ਉਹਨਾਂ ਸਾਰਿਆਂ ਦੇ ਅਖੀਰ ਦੇ ਉੱਤੇ ਇੱਕ ਬੀਬੀ ਕਹਿੰਦੀ ਸੀ ਭਾਰਤ ਕੇ ਵਿਕਾਸ ਮੇ ਹੱਕ ਹੈ ਮੇਰਾ, ਕਿਉਂਕਿ ਆਮ ਆਦਮੀ ਦਾ ਵੀ ਭਾਰਤ ਦੇ ਵਿਕਾਸ ਵਿੱਚ ਹੱਕ ਹੈ ਜੀ ਜੀ। ਪਠਾਨਕੋਟ ਆਇਆ ਸੀ ਨਰਿੰਦਰ ਮੋਦੀ, ਇਹ ਜੁਮਲਾ ਇਹਨੇ ਪਠਾਨਕੋਟ ਆ ਕੇ ਛੱਡਿਆ ਸੀ ਰੈਲੀ 'ਚ, ਕਹਿੰਦਾ ਜੀ ਸਰਕਾਰ ਐਡ ਵਿਖਾ ਕੇ ਕਹਿੰਦੀ ਭਾਰਤ ਕੇ ਵਿਕਾਸ ਮੇ ਹੱਕ ਹੈ ਮੇਰਾ, ਮੈਂ ਕਹਿਤਾ ਹੂੰ ਭਾਰਤ ਕੇ ਵਿਕਾਸ ਮੇ ਸ਼ੱਕ ਹੈ ਮੇਰਾ, ਇੱਥੇ ਤਾਂ ਹੈ ਹੀ ਕੱਖ ਨਹੀਂ, ਮੈਨੂੰ ਸ਼ੱਕ ਹੈ। ਜਿੱਦਾਂ ਉਹਨੇ ਆਖਿਆ ਸੀ ਹੱਕ ਦੀ ਥਾਂ 'ਤੇ ਸ਼ੱਕ, ਉੱਦਾਂ ਅੱਜ ਰਾਹੁਲ ਗਾਂਧੀ ਹੈ, ਇਹ ਤਾਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਵਾਰੀ ਵਾਰੀ ਹੈ, ਪਰ ਇਹਨਾਂ ਦੋਵਾਂ ਦੀ ਇਸ ਲੜਾਈ 'ਚੋਂ ਲੋਕਾਂ ਦੇ ਭਲੇ ਕੱਖ ਨਹੀਂ ਪੈ ਰਿਹਾ। ਸੋ ਕੁੱਲ ਮਿਲਾ ਕੇ ਆਪਣੀ ਆਪਣੀ ਰਾਜਨੀਤੀ ਚਮਕਾਉਣ ਦੇ ਚੱਕਰ 'ਚ ਨੇ, ਪਰ ਮੈਂ ਉਹ ਜ਼ਿਕਰ ਜ਼ਰੂਰ ਤੁਹਾਡੇ ਕੋਲ ਕਰਨਾ ਚਾਹੁੰਦਾ ਜਿਹੜਾ ਮੁੰਬਈ ਵਾਲਾ ਓਵਰ ਬ੍ਰਿਜ ਦਾ ਹਾਦਸਾ ਹੋਇਆ। ਕਿੰਨੇ ਲੋਕ ਮਾਰੇ ਗਏ, ਭਗਦੜ ਮੱਚੀ, ਭਗਦੜ ਦੇ ਵਿੱਚ ਨੁਕਸਾਨ ਹੋਇਆ, ਅਤੇ ਜਿਹਨਾਂ ਪਰਿਵਾਰਾਂ ਦੇ ਲੋਕ ਵਿਛੜ ਗਏ ਨੇ ਉਹਨਾਂ ਦਾ ਪਤਾ ਨਹੀਂ ਕੁਛ ਬਣਨਾ ਕਿ ਨਹੀਂ ਬਣਨਾ, ਪਰ ਇਹੋ ਜਿਹੀਆਂ ਘਟਨਾਵਾਂ ਕੀ ਵਾਪਰਦੀਆਂ ਨੇ, ਮੁੱਢਲੀ ਜਾਂਚ ਕੀ ਕਹਿੰਦੀ? ਦੇਖੋ ਉੱਥੇ 3 ਤਰ੍ਹਾਂ ਆਪੋ 'ਚ ਖੇਪੜਦੀਆਂ ਪਈਆਂ ਜੀ। ਇੱਕ ਮਹਾਰਾਸ਼ਟਰ ਦੀ ਸਰਕਾਰ ਹੈ ਜਿਹਦਾ ਮੁੱਖ ਮੰਤਰੀ BJP ਦਾ ਦੇਵੇਂਦਰ ਫਡਨਵੀਸ ਜੀ,
एक केंद्र की सरकार आ जिन्हों का रेल मंत्री पहला सुरेश प्रभु से हूँ पीयूष है जी, एक उतों की म्यूनसिपल कारपोरेशन आ बी एम सी, बहुते लोग बी एम सी तो बॉम्बे म्यूनसिपल कारपोरेशन समझते हैं, असल च बुरहान मुंबई कारपोरेशन है। बुरहान का मतलब मराठी बोली चाहता समुचा जड़ा वड्डा मुंबई ग्रेटर मुंबई, इन तिना लड़ाई चलती पी। उस पुल बारे कल बीजेपी के बुलारिया ने सारे टीवी चैनलों पर जाके ये कहा कि पुल तो रेलवे का है ही नहीं। अच्छा जी, तो साड़ी कहदी जिम्मेवारी? महाराष्ट्र की सरकार वालों बीजेपी का बुलारा बोलिया, बीबी एक सी बोलती और बहुत उच्चा शाउट कर रही थी, वो कहती साढ़े सिर ते एवें भांडा भनी जाने, ये बुरहान मुंबई कारपोरेशन का है, बी एम सी का है, तो उत्थे शिवसेना वाले से बना लेंगे, सानू को कहने बहाना क्यों वरत्या जा रहा? क्योंकि पुल रेलवे स्टेशन के उत्ते नहीं गा जी, दो रेलवे स्टेशन जोड़ता है, दोवें आपो च 100-150 गज के फासले ते ने जी, दोवां तो वक् वक् लाइना लंघदियां, लोग इतों आके चेंज करते, एक स्टेशन तो उतरते दूसरे तक जाते हैं, तो वो जो पुल है वो 77 इंच चौड़ा, 77 इंच का मतलब एक कि 6.5 फुट हो गया जी, उहदे तो रोज़ हज़ारां दी गिणती च पब्लिक जाती है, वो गिणती नहीं गिनी जाती किन्ने लोग जाते हैं, इधरों वालों काली होंगी कि उधरों जाके लोकल ट्रेन लैनी है, उधर वालों काली होंगी कि इधरों जाके लोकल ट्रेन लैनी है। बॉम्बे को भारत की फाइनैशियल कैपीटल गिणते हैं जी, जिहड़ा फाइनैशियल कैपीटल है साढ़े, जिथे सारा पैसे टके का कारोबार होंगे, उत्थे दुनिया भर दीआं कारपोरेशनां ने ब्रिटिश एयरवेज का अकाउंट ऑफिस उत्थे खुला जी, टिकटिंग का काम उत्थे होंदा, होर कई वड्डियां कंपनियां दा होंदा, उत्थे लोग फिर हर कोई पचा जांदा कि मैं टाइम सिर पहुँच जावा, नहीं तो कारपोरेशन जिहड़े हैगे ने वो कारपोरेशन वाले 5 मिनट बंदा लेट आवे तो उन्हें कहते चल तू जा तेरी थां नवा रख लैने, बिल्कुल सही भाजड़ पई होंदी। उस पुल के उत्ते कल उधरों मीह पैंदा सी, मीह च लोग फस गए, एक कुड़ी ने माँ बाप दोवें जाते 25 साल की कुड़ी, बाप 60 के नेड़े से, थोड़ा जहा थां आसे पासे बना के आख्या पापा तुसी निकलो किसी तरीके ते, मैं मगर तुहाडे आ जन्नी आ, मैं तुहाडे नाल नाल ही तुरी आउनी आ। बाप तुरदा गया तुरदा गया, अगले सिरे जाके उन्हें वेख्या कुड़ी है नहीं, उन्हें चिर नूं वेख्या पुल डिग पिया, भज्जा आया वाजा मारे मोबाइल ते उत्ते रिंग देवे, कुड़ी नहीं लभी, जाके वेख्या लाशां दे विच इक लाश उहदी धी दी पई है, वह रोई जांदा कि मेरी धी ने मैनूं बचाता आप मर गई। तो इन्हां दी हालत की है, राजीव गांधी दे वक्त दिल्ली शहर दे विच इक फ्लाईओवर बनना सी जी, उत्थे उदो दो म्यूनसिपल कारपोरेशन होंदियां सी, हुण 3 ने। दिल्ली म्यूनसिपल कारपोरेशन आखे कि ये प्रोजेक्ट साढ़े वाले पासों शुरू हुंदा है, इस करके असी बनावांगे जी। जिहड़ी नवीं दिल्ली म्यूनसिपल कारपोरेशन सी, वह आखे कि क्योंकि साढ़े वाला पासा एरिया जिहड़ा उधर सारे जिहड़े विदेशां दे दफ्तर भी नहीं, इस करके ये वक्री तरह का बनाउणा पैणा, ये असी बनावांगे जी। दोवां दे उत्ते DDA सी, दिल्ली डिवेलपमेंट अथॉरिटी, वह आखे जी असी बनावांगे क्योंकि तुहाडे दोवां दे विचाले दा सांझा थां है, साडा हक बणदा। मतलब की सी कि जिहड़ा बनाऊगा, जे 200 करोड़ दा प्रोजेक्ट होया तो उहदे 20 25 करोड़ 30 करोड़ आसे पासे करना सौखा हो जांदा। जदों वह बन गया तो बनन तो बाद उहदे उत्ते इक एक्सीडेंट हो गया, उस एक्सीडेंट की इनकुआरी चल पी, नवीं दिल्ली म्यूनसिपल कारपोरेशन ने आखा जी साडा कोई कम नहीं, ये दूसरा पुछो दिल्ली में पुछो तो DDA में पुछो। दिल्ली वाला ने आख्या जी क्योंकि जी गड्डी आई थी वो नवी दिल्ली वालों आई थी, उन्होंने पुछो। दोवे ने आख्या जी DDA में पुछो, DDA दिल्ली डिवेलपमेंट अथॉरिटी वाला ने आख्या कि यह साडा कोई कम नहीं, साडा तो बनाने का सी, बना के चलेंगे, बाकी की होंगे साड़ी कोई जिम्मेवारी नहीं। बनाने वास्ते तिन्हें तैयार है क्योंकि उस हिस्सापत्ति मिलनी है जी, एक्सीडेंट की जिम्मेवारी लैन में तिना च कोई तैयार नहीं क्योंकि सज़ा मिलनी है। यही गल हुण उत्थे हो रही है। शिवसेना के MP जिहड़े आ उन्हां नूं जदों कल आख्या गया कि सरकार तो यह कहती है कि तुहाडा पुल BMC का तो तुहाडे शिवसेना ने बनाया तुसीं कीता, उन्होंने चिट्ठी कढ दित्ती है, वो कहिंदे जी साडे पार्लीमेंट मैंबरां ने एक चिट्ठी रेल मंत्री नूं लिखी कि यह पुल इन्ना पुराना हो गया, ये तिड़किया पिया, ये तो पब्लिक जाती है तो पुल कंबदा, ये पुल किसी वक्त भी डिग सकता, इनू आउट ऑफ टर्न बाकियां नू छड के बाकी प्रोजेक्ट पासे रख के भी इनू पहला बना दिता जाए जी। रेल मंत्री ने अगों आख्या कि तुहाडी गल नाल असीं सहमत आ, बना देना चाहिए पर अजे फंडां दी कमी है,
ਜਦੋਂ ਫੰਡ ਥੋੜ੍ਹੇ ਜਿਹੇ ਹਾਸਲ ਹੁੰਦੇ ਬਣਾ ਦਿਆਂਗੇ। ਉਹ ਕਹਿੰਦੇ ਜੇ ਇਹ ਬੀ ਐਮ ਸੀ ਦਾ ਸੀਗਾ, ਮਿਊਂਸੀਪਲ ਕਾਰਪੋਰੇਸ਼ਨ ਦਾ ਪੁਲ ਸੀ, ਅਤੇ ਰੇਲ ਮੰਤਰੀ ਨੇ ਇਹ ਕਿਉਂ ਕਹਿਤਾ ਕਿ ਅਸੀਂ ਬਣਾ ਦਿਆਂਗੇ? ਉਹਦਾ ਇਹ ਕਹਿਣਾ ਦੱਸਦਾ ਹੀ ਹੈ ਕਿ ਦੋ ਰੇਲਵੇ ਸਟੇਸ਼ਨਾਂ ਨੂੰ ਜੋੜਨ ਵਾਲਾ ਪੁਲ ਉਹਨਾਂ ਦਾ ਸੀ ਜੀ। ਉਹ ਕਹਿੰਦੇ ਜੀ ਰੇਲ ਮੰਤਰੀ ਨੇ ਇਹ ਆਖਿਆ ਸੀ ਕਿ ਬਣਾ ਦਿਆਂਗੇ, ਪਰ ਉਹਨੇ ਇਹ ਤਾਂ ਆਖਿਆ ਹੀ ਨਹੀਂ ਕਿ ਇਹ ਸਾਡਾ ਪੁਲ ਹੈ। ਹੁਣ ਇੱਦਾਂ ਦੀਆਂ ਦਲੀਲਾਂ 'ਚ ਜਿਹੜੀਆਂ ਦੋ ਪਾਰਟੀਆਂ ਆਪੋ ਵਿੱਚ ਇੱਕ ਦੂਸਰੇ ਦੇ ਜੁੰਡੇ ਪੁੱਟਣ ਤੱਕ ਜਾਂਦੀਆਂ ਪਈਆਂ ਨੇ, ਉਹ ਦੋਵੇਂ ਪਾਰਟੀਆਂ ਕਮਾਲ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਵਿੱਚ ਵੀ ਇਕੱਠੀਆਂ ਰਾਜ ਕਰਦੀਆਂ ਪਈਆਂ ਨੇ ਅਤੇ ਮਹਾਰਾਸ਼ਟਰ ਵਿੱਚ ਵੀ ਇਕੱਠੀਆਂ ਰਾਜ ਕਰਦੀਆਂ ਪਈਆਂ ਨੇ, ਰਾਜ ਕਰਨ ਨੂੰ ਇਕੱਠੇ ਹੈ, ਲੋਕਾਂ ਸਾਹਮਣੇ ਆਪੋ 'ਚ ਲੜਦੇ ਪਏ ਨੇ, ਉਹਨਾਂ ਲੋਕਾਂ ਸਾਹਮਣੇ ਲੜਦੇ ਪਏ ਨੇ ਜਿਹੜੇ ਲੋਕ ਕੁਝ ਮਰ ਗਏ ਆ, ਕੁਝ ਇਹਨਾਂ ਦੀਆਂ ਹਰਕਤਾਂ ਨਾਲ, ਇਹ ਨਹੀਂ ਪਤਾ ਕੱਲ੍ਹ ਨੂੰ ਕਿਹਦੀ ਵਾਰੀ ਆ ਜਾਣੀ ਹੈ। ਜੀ ਬਿਲਕੁਲ, ਅੰਨੇ ਵਾਹ ਮੌਤਾਂ ਹੋ ਰਹੀਆਂ ਨੇ, ਇੰਨੀਆਂ ਕਾਂਡ ਹੋ ਚੁੱਕੇ ਆ। ਬਸ ਸਰਕਾਰ ਦਾ ਇੱਕੋ ਕੰਮ ਹੁੰਦਾ ਕਿ ਜਦੋਂ ਕੋਈ ਗੱਲ ਹੋਵੇ ਫਿਰ ਆਖਣਾ ਇੰਨੇ ਇੰਨੇ ਲੱਖ ਰੁਪਏ ਮੁਆਵਜ਼ਾ ਦੇ ਦਾਂਗੇ, ਉਹ ਲੱਖਾਂ ਦੇ ਮੁਆਵਜ਼ੇ ਨਾਲ ਸਾਰਦੇ ਆ। ਇਹ ਵੀ ਅੱਜ ਕੱਲ੍ਹ ਗਲਤ ਰਿਵਾਜ਼ ਪੈ ਗਿਆ ਕਿ ਮੋਗੇ ਦਾ ਆਰਬਿਟ ਕਾਂਡ ਹੋ ਜਾਵੇ ਅਤੇ ਬਾਦਲ ਸਾਹਿਬ ਕਹਿੰਦੇ 30 ਲੱਖ ਰੁਪਇਆ ਦੇ ਦਿਆਂਗੇ, ਕਿਹੜਾ ਪੱਲਿਓਂ ਦੇਣਾ, ਬੱਸ ਇਹਨਾਂ ਦੀ ਹੋਵੇ, ਬੰਦੇ ਇਹਨਾਂ ਦੀ ਹੋਣ ਅਤੇ ਪੈਸੇ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਦਵਾ ਦਿਓ। ਅਖਿਲੇਸ਼ ਸਿੰਘ ਯੂਪੀ ਦਾ ਮੁੱਖ ਮੰਤਰੀ ਸੀ, ਇੱਕ ਪੱਤਰਕਾਰ ਨੂੰ ਉਹਦੇ DSP ਨੇ ਕਈ ਲੋਕਾਂ ਦੇ ਸਾਹਮਣੇ ਖਲੋ ਕੇ ਆਖਿਆ ਸਾੜ ਦਿਓ ਉਹਨੂੰ, ਲੋਕਾਂ ਸਾਹਮਣੇ ਅੱਗ ਲਾ ਕੇ ਪੱਤਰਕਾਰ ਸਾੜ ਦਿੱਤਾ ਗਿਆ, 10 ਦਿਨ ਮੰਤਰੀ ਲੁਕਿਆ ਫਿਰਦਾ ਰਿਹਾ। ਬਾਅਦ ਵਿੱਚ ਸਮਝੌਤਾ ਹੋਇਆ, ਪੱਤਰਕਾਰ ਦੇ ਮੁੰਡੇ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਗਈ ਅਤੇ ਉਹਨੂੰ ਕੰਪਨਸੇਸ਼ਨ ਵੀ ਦਿੱਤੀ ਗਈ, ਕਰਤੂਤ ਉਹਦੇ ਮੰਤਰੀ ਦੀ ਸੀ, ਪੈਸੇ ਜਿਹੜੇ ਦਿੱਤੇ ਗਏ ਸਰਕਾਰੀ ਖਜ਼ਾਨੇ 'ਚੋਂ ਦਿੱਤੇ ਗਏ। ਹੁਣ ਵੀ ਜਿੰਨੀਆਂ ਗਲਤੀਆਂ ਨੇ ਕਿਸੇ ਵੀ ਥਾਂ 'ਤੇ ਹੋਣ, ਉਹ ਸਾਰੀਆਂ ਦੀਆਂ ਸਾਰੀਆਂ ਜਦੋਂ ਇਹ ਰਿਵਾਜ਼ ਪੈ ਗਿਆ ਕਿ ਮੁਆਵਜ਼ਾ ਸਰਕਾਰ ਦੇ ਖਜ਼ਾਨੇ 'ਚੋਂ ਦੇ ਦੇਣਾ, ਅਤੇ ਵਧੀਆ ਤਰੀਕਾ ਨਹੀਂ ਇਹ, ਇਹਦੇ ਨਾਲ ਫਿਰ ਪੁਲ ਬਣਾਉਣ ਦੀ ਲੋੜ ਕੋਈ ਨਹੀਂ, ਮੁਆਵਜ਼ੇ ਵੰਡਣ ਦੀ ਤਿਆਰੀ ਰੱਖਣੀ ਚਾਹੀਦੀ ਹੈ, ਕਿਉਂਕਿ ਮੁਆਵਜ਼ਾ ਵੰਡਣ ਦੇ ਬਹਾਨੇ ਮੰਤਰੀ ਜਾਊਗਾ, ਮੁਆਵਜ਼ਾ ਵੰਡੂਗਾ, ਸਖੀਦਾਤਾ ਬਣ ਕੇ ਸਰਕਾਰੀ ਖਜ਼ਾਨੇ 'ਚੋਂ ਇੱਕ ਚੈੱਕ ਦੇ ਕੇ 40 ਅਖਬਾਰਾਂ 'ਚ ਆਪਣੀ ਫੋਟੋ 'ਚ ਪਾਊਗਾ। ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਮੁਫਤ ਵਿੱਚ ਅਗਲੀਆਂ ਚੋਣਾਂ ਦੀ ਤਿਆਰੀ ਹੁੰਦੀ ਹੈ। ਸਹੀ ਗੱਲ ਹੈ। ਪੰਨੂ ਸਾਹਿਬ, ਇੱਕ ਸਵਾਲ ਪਿਛਲੀ ਵਾਰ ਵੀ ਆਇਆ ਸੀ, ਆਪਾਂ ਨਹੀਂ ਲੈ ਸਕੇ, ਇਹ ਤੇਜਵੀਰ ਸਿੰਘ ਨੇ ਜੀ, ਇਹਨਾਂ ਦਾ ਪਿੰਡ ਭਰੋਵਾਲ ਆ ਗੋਇੰਦਵਾਲ ਸਾਹਿਬ ਦੇ ਕੋਲ, ਇਹ ਪੁੱਛਣਾ ਚਾਹੁੰਦੇ ਆ ਜੀ ਕਿ ਵੀ ਪਾਕਿਸਤਾਨ ਨੂੰ ਪਹਿਲਾਂ ਕੁਝ ਵਪਾਰ ਹੁੰਦਾ ਸੀ ਫਸਲਾਂ ਦਾ, ਅਤੇ ਕਿਉਂਕਿ ਉੱਧਰਲਾ ਏਰੀਆ ਜਿਹੜਾ ਸਬਜ਼ੀ ਪੈਦਾ ਕਰਦਾ, ਅਤੇ ਉਹ ਕਹਿੰਦੇ ਵੀ ਸਬਜ਼ੀਆਂ ਦਾ ਵਪਾਰ ਹੁੰਦਾ ਸੀ ਪਹਿਲਾਂ, ਅਤੇ ਹੁਣ ਜਿਹੜਾ ਵਪਾਰ ਆ ਉਹ ਰੁਕ ਗਿਆ, ਜਿਹਦਾ ਕਰਕੇ ਉਹ ਕਾਫੀ ਜ਼ਿਆਦਾ ਨੁਕਸਾਨ ਆ, ਇਹ ਦੁਬਾਰਾ ਸ਼ੁਰੂ ਹੋ ਸਕਦਾ ਜਾਂ ਤੁਹਾਨੂੰ ਕੀ ਅਸਾਰ ਲੱਗਦੇ ਨੇ? ਦੇਖੋ, ਸ਼ੁਰੂ ਹੋ ਸਕਦਾ, ਪਰ ਹਾਲ ਦੀ ਘੜੀ 'ਤੇ ਜਿਹੜਾ ਪਹਿਲਾਂ ਚੱਲਦਾ ਸੀ ਉਹ ਵੀ ਬੰਦ ਹੋਇਆ। ਤੁਹਾਨੂੰ ਪਤਾ ਇਸ ਵੇਲੇ ਪਾਕਿਸਤਾਨ ਦੇ ਵਿੱਚ ਟਮਾਟਰਾਂ ਦਾ ਰੇਟ ਕੀ? ਜੀ, 300 ਰੁਪਈਏ ਕਿਲੋ ਟਮਾਟਰ ਵਿਕ ਰਿਹਾ ਉੱਥੇ। ਕਿਉਂ? ਕਿਉਂਕਿ ਪਾਕਿਸਤਾਨ ਟਮਾਟਰ ਨੇ ਰੋਜ਼ ਇੱਥੋਂ ਭਾਰਤ ਵਾਲੇ ਪਾਸੋਂ ਘੱਟੋ ਘੱਟ 1 ਲੱਖ ਕੁਇੰਟਲ ਜਿਹੜਾ ਟਮਾਟਰ ਉੱਥੇ ਪਾਕਿਸਤਾਨ ਜਾਂਦਾ ਸੀ ਜੀ। ਪਿਛਲੇ 2-3 ਮਹੀਨਿਆਂ ਤੋਂ ਹਾਲਾਤ ਵਿਗੜੇ ਆ, ਕਦੇ ਕੁੱਲੀਆਂ ਦੀ ਹੜਤਾਲ ਹੋ ਗਈ ਬਾਰਡਰ 'ਤੇ, ਕਦੇ ਦੋਵਾਂ ਦੇਸ਼ਾਂ ਦੇ ਸੰਬੰਧ ਖਰਾਬ ਹੈ ਅਤੇ ਟਰੱਕਾਂ ਦਾ ਆਉਣਾ ਜਾਣਾ ਰੋਕਤਾ, ਲਗਾਤਾਰ ਉਹ ਕਾਰੋਬਾਰ ਰੁਕਿਆ ਰਹਿਣ ਕਰਕੇ ਪਾਕਿਸਤਾਨ ਨੂੰ ਜਿਹੜੀ ਸਪਲਾਈ ਇਸ ਵੇਲੇ ਬਾਹਰੋਂ ਦੂਸਰਿਆਂ ਦੇਸ਼ਾਂ ਤੋਂ ਮਿਲਦੀ ਉਹ ਮਿਲਦੀ, ਆਪਣੇ ਉਹਨਾਂ ਦੇ ਕੋਲ ਟਮਾਟਰ ਘੱਟ ਹੋ ਰਿਹਾ ਜੀ, ਅਤੇ ਅੰਮ੍ਰਿਤਸਰ ਦੇ ਵਿੱਚ ਸਾਡਾ ਟਮਾਟਰ ਪਿਆ ਗਲਦਾ ਜਾਂਦਾ, ਵਪਾਰੀ ਰੋਂਦੇ ਆ ਜਿਨ੍ਹਾਂ ਨੇ ਲੈ ਲਿਆ ਸੀ ਜੀ ਜੀ, ਕਿਸਾਨ ਵੀ ਰੋਂਦੇ ਪਏ ਨੇ ਪਾਕਿਸਤਾਨ ਨਹੀਂ ਜਾ ਰਿਹਾ। ਇੱਦਾਂ ਹੀ ਪਾਕਿਸਤਾਨ ਤੋਂ ਕੁਝ ਫਸਲਾਂ ਸਾਡੇ ਵੱਲ ਆਉਣੀਆਂ ਹੁੰਦੀਆਂ ਜੀ, ਉਹ ਉੱਧਰ ਰੁਲਦੀਆਂ ਹੋਣਗੀਆਂ। ਜਿਹੜਾ ਸਾਡਾ ਅਤੇ ਪਾਕਿਸਤਾਨ ਦਾ ਵਪਾਰ ਹੈ ਉਹ ਉਸੇ ਤਰ੍ਹਾਂ ਦਾ ਜਿਵੇਂ ਪਿੰਡਾਂ ਦੇ ਵਿੱਚ ਬੀਬੀਆਂ ਇੱਕ ਦੂਸਰੇ ਨੂੰ ਕੰਧ ਤੋਂ ਆਵਾਜ਼ ਮਾਰ ਕੇ ਕਹਿੰਦੀਆਂ ਹੁੰਦੀਆਂ ਸੀ, ਮੈਂ ਸਾਗ ਬਣਾਇਆ ਤੂੰ ਲੈ ਲਾ ਅਤੇ ਤੂੰ ਗਾਜਰਾਂ ਦੀ ਕੋਲੀ ਮੈਨੂੰ ਫੜਾ ਦੇ, ਇਹ ਆਮ ਪਿੰਡਾਂ 'ਚ ਰਿਵਾਜ਼ ਹੁੰਦਾ ਸੀ। ਅਸੀਂ ਪਾਕਿਸਤਾਨ ਨੂੰ ਦੇਈਏ ਪਾਕਿਸਤਾਨ ਸਾਨੂੰ ਦੇਵੇ, ਉਹ ਇੱਦਾਂ ਹੀ ਆ ਜਿਵੇਂ ਜਲੰਧਰ ਤੋਂ ਟਰੱਕ ਭਰ ਕੇ ਅਤੇ ਅਸੀਂ ਫਗਵਾੜੇ ਘੱਲ ਦੇਣਾ ਅਤੇ ਫਗਵਾੜੇ ਤੋਂ ਜਲੰਧਰ ਆ ਜਾਣਾ, ਜਲੰਧਰ ਅਤੇ ਫਗਵਾੜੇ ਦਾ ਫਾਸਲਾ ਆਪੋ 'ਚ 22 ਕਿਲੋਮੀਟਰ ਦਾ ਅਤੇ ਅੰਮ੍ਰਿਤਸਰ ਅਤੇ ਲਾਹੌਰ ਦਾ 26 ਕਿਲੋਮੀਟਰ ਦਾ, ਬਹੁਤਾ ਫਰਕ ਤਾਂ ਹੈ ਨਹੀਂ। ਇੰਨੇ ਕੁ ਫਾਸਲੇ ਦੇ ਉੱਤੇ ਇੱਕ ਦੂਸਰੇ ਨੂੰ ਮਾਲ ਪਹੁੰਚਾਉਣਾ ਬਹੁਤ ਸੌਖਾ, ਜਦੋਂ ਇਹਦੇ ਉੱਤੇ ਰੋਕਾਂ ਲੱਗ ਜਾਂਦੀਆਂ, ਉੱਧਰ ਪਾਕਿਸਤਾਨ ਵਾਲੇ ਵੀ ਤੰਗ ਹੁੰਦੇ, ਇੱਧਰ ਸਾਡੇ ਵਾਲੇ ਵੀ ਤੰਗ ਹੁੰਦੇ ਆ, ਇਹ ਰੋਕਾਂ ਹਟਾ ਕੇ ਫੈਸਲਾ ਇਹ ਕਰਨਾ ਚਾਹੀਦਾ ਕਿ ਬਾਰਡਰ ਦੇ ਉੱਤੇ ਜੋ ਮਰਜ਼ੀ ਹਾਲਾਤ ਹੋਣ, ਟੈਂਸ਼ਨ ਚੱਲਦੀ ਹੋਵੇ, ਕੁਛ ਹੋਵੇ, ਜਿਹੜੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਇਹ ਆਵਾਜਾਈ ਹੁੰਦੀ ਰਹੇ। ਜਿਹੜੀ ਗੱਲ ਅੜਿੱਕਾ ਬਣਦੀ ਉਹ ਇਹ ਕਿ ਪਿਛਲੀ ਵਾਰੀ ਜਦੋਂ ਆਸਫ ਅਲੀ ਜ਼ਰਦਾਰੀ ਦੀ ਸਰਕਾਰ ਸੀ ਪਾਕਿਸਤਾਨ ਜੀ, ਭਾਰਤ ਸਰਕਾਰ ਨੇ ਪਾਕਿਸਤਾਨ ਨੂੰ MFN ਮੋਸਟ ਫੇਵਰਡ ਨੇਸ਼ਨ ਦਾ ਦਰਜਾ ਦੇ ਦਿੱਤਾ ਜੀ। ਉਹਦੇ ਤੋਂ 2 ਦਿਨ ਬਾਅਦ ਉਹਨਾਂ ਨੇ ਆਪਣੀ ਮੀਟਿੰਗ ਲਾ ਕੇ, ਕੈਬਨਿਟ ਮੀਟਿੰਗ, ਅਤੇ ਫਿਰ ਬਾਅਦ ਪ੍ਰੈਸ ਨੋਟ ਜਾਰੀ ਕੀਤਾ, ਉਹਨਾਂ ਦੇ ਮੰਤਰੀ ਨੇ ਵੀ ਪ੍ਰੈਸ ਬਰੀਫਿੰਗ ਕੀਤੀ ਕਿ ਅਸੀਂ ਭਾਰਤ ਨੂੰ MFN ਦਾ ਦਰਜਾ ਦੇ ਰਹੇ ਹਾਂ, ਸਾਡੇ ਵਾਸਤੇ ਉਹ ਵੀ ਮੋਸਟ ਫੇਵਰਡ ਨੇਸ਼ਨ ਹੋਵੇਗਾ। ਸਮਾਨ ਦੀ ਲਿਸਟ ਵੀ ਬਣਾ ਲਈ ਕਿ ਉੱਧਰ ਲੈਣਾ ਕਿਹੜਾ ਅਤੇ ਦੇਣਾ ਕਿਹੜਾ ਜੀ। ਦੁਪਹਿਰੋਂ ਬਾਅਦ ਹਾਫਿਜ਼ ਸੈਦ ਨੇ ਇੱਕ ਰੈਲੀ ਕਰ ਦਿੱਤੀ,
ਉਹਦੇ ਵਿੱਚ ਹੋਰ ਵੀ ਅੱਤਵਾਦੀ ਆ ਕੇ ਬੋਲੇ, ਪਬਲਿਕ ਇਕੱਠੀ ਹੋ ਗਈ। ਉਹਨੇ ਆਖਿਆ ਅਸੀਂ ਤਾਂ ਭਾਰਤ ਦੇ ਉੱਤੇ ਤਬਾਹੀ ਵਰਤਾ ਦੇਣਾ ਚਾਹੁੰਦੇ ਹਾਂ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਮੋਸਟ ਫੇਵਰਟ ਨੇਸ਼ਨ ਦਾ ਦਰਜਾ ਦਿੰਦੇ ਆ, ਤੁਸੀਂ ਦੇਖ ਕੇ ਵੇਖੋ ਤੁਹਾਨੂੰ ਪਿੰਡਾਂ 'ਚ ਨਾ ਵੜਨ ਦਿਆਂਗੇ। ਜਿਨ੍ਹਾਂ ਨੇ ਸਵੇਰੇ ਆਪ ਐਲਾਨ ਕੀਤਾ ਸੀ ਉਹਨਾਂ ਨੇ ਸ਼ਾਮ ਨੂੰ ਇਹ ਐਲਾਨ ਕੀਤਾ ਦੂਜਾ ਕਿ ਅਸੀਂ ਤਾਂ ਇਹ ਫੈਸਲਾ ਕੋਈ ਨਹੀਂ ਸੀ ਕੀਤਾ, ਆਖਿਆ ਸੀ ਕਿ ਇਹਦੇ ਬਾਰੇ ਵਿਚਾਰ ਕਰ ਰਹੇ ਹਾਂ, ਸਾਡੇ ਲਫ਼ਜ਼ਾਂ ਨੂੰ ਉਲਟ ਕਰਕੇ ਪੇਸ਼ ਕੀਤਾ ਗਿਆ। ਔਰ ਟੀ ਵੀ ਵਾਲੇ ਵਿਖਾਉਣ ਕਿ ਸਵੇਰੇ ਕੀ ਆਖਿਆ ਸੀ ਅਤੇ ਹੁਣ ਕੀ ਕਹਿੰਦੇ ਪਏ ਨੇ। ਯਾਨੀ ਉਹ ਹਾਫਿਜ਼ ਸਈਦ ਦੇ ਇੱਕੋ ਦਬਕੇ ਤੋਂ ਏਡਾ ਵੱਡਾ ਬੈਕ ਗੇਅਰ ਲੱਗਾ ਕਿ ਮੁੜ ਕੇ ਉਹਨਾਂ ਕੀਤਾ ਹੀ ਨਹੀਂ। ਭਾਰਤ ਦਾ ਉਹ ਦਰਜਾ ਅਜੇ ਵੀ ਕਾਇਮ, ਭਾਰਤ ਨੇ ਆਖਿਆ ਕਿ ਅਸੀਂ ਦਿੱਤਾ, ਪਰ ਉੱਧਰੋਂ ਹੈ ਨਹੀਂ ਗਾ, ਉੱਧਰਲੇ ਪਾਸੇ ਉਹ ਇੰਨੇ ਜ਼ਿਆਦਾ ਦਬਾਅ ਥੱਲੇ ਨੇ ਅੱਤਵਾਦੀਆਂ ਦੇ ਕਿ ਇਹੋ ਜਿਹਾ ਕੋਈ ਦਰਜਾ ਦੇਣ ਨੂੰ ਤਿਆਰ ਨਹੀਂ। ਮੇਰਾ ਖਿਆਲ ਹੈ ਕਿ ਇਹਦੇ 'ਚ ਕਿਤੇ ਨਾ ਕਿਤੇ ਕੁਛ ਕਾਰੋਬਾਰੀ ਘਰਾਣਿਆਂ ਦਾ ਇੰਟਰਸਟ ਵੀ ਹੋ ਸਕਦਾ। ਇਹ ਮੈਂ ਕਿਉਂ ਕਹਿੰਦਾ, ਜੀ ਜੀ, ਆਸਾਮ ਦੇ ਲਾਗੇ ਦਾਰਜੀਲਿੰਗ ਦੇ ਵਿੱਚ 150 ਦਿਨ ਰਸਤੇ ਬੰਦ ਰਹੇ, ਇਹ ਤਾਂ ਸਾਡੇ ਭਾਰਤ ਦੀ ਅੰਦਰੂਨੀ ਸਥਿਤੀ ਹੈ। ਜੀ ਜੀ, ਇਹਦੇ ਤੋਂ ਪਹਿਲਾਂ ਨਾਗਾਲੈਂਡ ਅਤੇ ਮਿਜ਼ੋਰਮ 'ਚ ਇੱਕ ਵਾਰੀ ਇਸ ਤਰ੍ਹਾਂ ਦਾ ਬਲਾਕੇਡ ਹੋਇਆ ਸੀ, ਇੱਕ ਮਹੀਨੇ ਤੋਂ ਵੱਧ ਜਾਮ ਰਿਹਾ ਸੀ। ਜਦੋਂ ਉੱਥੇ ਆਸਾਮ ਤੋਂ ਪਰੇ ਨਾਗਾਲੈਂਡ ਮਿਜ਼ੋਰਮ 'ਤੇ ਜਾਮ ਹੋਇਆ ਸੀ, ਜਿਹੜਾ ਪੈਟਰੋਲ ਇੱਥੇ ਪੰਜਾਬ ਵਿੱਚ ਸਾਨੂੰ 70-72 ਰੁਪਏ ਲੀਟਰ ਲੈਣਾ ਪੈਂਦਾ ਅਤੇ ਅਸੀਂ ਰੌਲਾ ਪਾਉਂਦੇ ਬਹੁਤ ਮਹਿੰਗਾ, ਉਹ ਉਦੋਂ ਨਾਗਾਲੈਂਡ ਤੋਂ ਪਰਲੇ ਪਰਲੇ ਉਹਨਾਂ ਸਾਰੇ ਜਿਹੜਾ ਇਲਾਕਾ ਸੀਗਾ ਮਿਜ਼ੋਰਮ ਵਗੈਰਾ 'ਚ 350 ਰੁਪਏ ਲੀਟਰ ਵਿਕਿਆ ਸੀ। ਕਿਉਂ? ਕਿਉਂਕਿ ਉੱਥੇ ਕੁਛ ਵੱਡੇ ਬਲੈਕ ਮਾਰਕੀਟ ਹੀ ਹੈ ਜਿਨ੍ਹਾਂ ਕੋਲ ਵੱਡੇ ਗੋਦਾਮ ਨੇ ਸਰਕਾਰ ਨਾਲ ਢੋਆ, ਉਹ ਪਹਿਲਾਂ ਗੋਦਾਮ ਚੰਗੀ ਤਰ੍ਹਾਂ ਭਰ ਲੈਂਦੇ ਆ ਜੀ, ਫਿਰ ਇੱਕ ਅੱਧੀ ਵਿਦਿਆਰਥੀ ਜਥੇਬੰਦੀ ਨੂੰ ਪੈਸੇ ਦੇ ਕੇ ਨਾਰਾ ਲਵਾ ਦਿੰਦੇ ਸਾਡੀਆਂ ਮੰਗਾਂ, ਅਸੀਂ ਰਸਤਾ ਜਾਮ ਕੀਤਾ। ਰਸਤਾ ਜਾਮ ਹੋਣ ਨਾਲ ਉਹ ਇੱਕੋ ਇੱਕ ਹਾਈਵੇ ਜਿਹੜਾ ਭਾਰਤ ਤੋਂ ਜਾਣਾ, ਜਦੋਂ ਉਹ ਜਾਮ ਕਰ ਦਿੱਤਾ ਭਾਰਤ ਤੋਂ ਹੋਰ ਆਉਣਾ ਨਹੀਂ, ਅੰਦਰ ਪਿਆ ਮਾਲ ਪਹਿਲਾਂ ਡੇਢ ਰੇਟ 'ਤੇ ਵੇਚੋ, ਫਿਰ ਦੁੱਗਣੇ 'ਤੇ ਵੇਚੋ, ਫਿਰ ਤਿਗਣੇ 'ਤੇ, ਫਿਰ ਚੌਗਣੇ 'ਤੇ, ਅਖੀਰਲੇ ਦਿਨਾਂ 'ਚ 5ਵੇਂ ਤੱਕ ਵੀ ਵੇਚ ਕੇ, ਜਦੋਂ ਇਹ ਖਾਲੀ ਹੁੰਦਾ ਫਿਰ ਉਹਨਾਂ ਮੁੰਡਿਆਂ ਨੂੰ ਕਹੋ ਕਿ ਅਸੀਂ ਆਪਣਾ ਐਜੂਕੇਸ਼ਨ ਵੀ ਮੁਲਤਵੀ ਕਰ ਦਿੱਤੀ ਹੈ। ਪਾਕਿਸਤਾਨ ਦੇ ਵਿੱਚ ਵੀ ਜਿਹੜੇ ਮੁਨਾਫਾਖੋਰ ਨੇ, ਵੱਡੇ ਬਲੈਕ ਮਾਰਕੀਟ ਹੀ ਹੈ, ਉਹ ਅੱਤਵਾਦੀਆਂ ਨੂੰ ਹਿੱਸਾਪੱਤੀ ਦਿੰਦੇ ਆ, ਉਹਨਾਂ ਨੂੰ ਚੰਦਾ ਦਿੰਦੇ ਆ, ਔਰ ਉਹਨਾਂ ਨੂੰ ਜਦੋਂ ਲੋੜ ਪਵੇ ਇਹੋ ਜਿਹੀ ਚਾਬੀ ਲਾ ਦਿੰਦੇ ਕਿ ਤੁਸੀਂ ਆਹ ਕੰਮ ਕਰਨਾ, ਅਤੇ ਫਿਰ ਜਿਹੜਾ ਬਾਕੀ ਮਾਲ ਉਹਨਾਂ ਕੋਲ ਪਿਆ ਹੁੰਦਾ ਉਹਨਾਂ ਦੇ ਸਟੋਰਾਂ 'ਚ, ਜੀ ਜੀ, ਭਾਵੇਂ ਗਲਿਆ ਸੜਿਆ ਵੀ ਹੋਵੇ, ਜਦੋਂ ਭਾਰਤ ਤੋਂ ਨਹੀਂ ਆਉਣਾ, ਅਫਗਾਨਿਸਤਾਨ ਤੋਂ ਨਹੀਂ ਆਉਣਾ, 2 ਵਾਰੀ ਅਫਗਾਨਿਸਤਾਨ ਵੱਲੋਂ ਉਹਦਾ ਮਾਲ ਵੀ ਰੋਕਿਆ ਜਾ ਚੁੱਕਾ। ਜੀ ਜੀ, ਜਿਹੜਾ ਉੱਥੇ ਦੋਸਤੀ ਦਰਵਾਜ਼ਾ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਚਾਲੇ, ਜੀ ਜੀ, ਉਹ ਦੋਸਤੀ ਦਰਵਾਜ਼ਾ 2 ਵਾਰੀ ਉੱਥੇ ਗੋਲੀਆਂ ਚਲਾ ਕੇ 3-3, 4-4 ਦਿਨ ਬੰਦ ਰੱਖਿਆ ਗਿਆ, ਉਦੋਂ ਵੀ ਰੌਲਾ ਪੈਂਦਾ ਸੀ ਕਿ ਉੱਧਰੋਂ ਮਾਲ ਆਉਣ ਤੋਂ ਰੋਕਣ ਵਾਸਤੇ ਅੱਤਵਾਦੀਆਂ ਨੂੰ ਪਾਕਿਸਤਾਨ ਦੇ ਵਪਾਰੀਆਂ ਦਾ ਇੱਕ ਟੋਲਾ ਵੀ ਉਕਸਾਉਂਦਾ ਕਿ ਹੁਣ ਸਾਡੇ ਕੋਲ ਮਾਲ ਬਹੁਤ ਹੈ, ਜਰਾ ਕੁ ਰੋਕ ਦਿਓ। ਸੋ ਕਿਤੇ ਨਾ ਕਿਤੇ ਜੀ ਜਿਹੜੀਆਂ ਗੱਲਾਂ ਆਪਾਂ ਨੂੰ ਆਮ ਨੋਰਮਲ ਲੱਗਦੀਆਂ ਨੇ ਉਹਨਾਂ ਦੇ ਪਿੱਛੇ ਕਈ ਵਾਰ ਬਹੁਤ ਤਰ੍ਹਾਂ ਦੀਆਂ ਵਪਾਰਕ ਜਾਂ ਕਹਿ ਲਓ ਕਿ ਵੀ ਸਿਆਸੀ ਘਾੜਤਾਂ ਵੀ ਹੁੰਦੀਆਂ। ਮੈਨੂੰ ਸਾਹਿਬ ਇੱਕ ਸਵਾਲ ਹੁਣ ਤਾਂ ਕਾਫੀ ਉੱਪਰ ਚਲੇ ਗਏ ਜੀ ਨਾਮ, ਪਰ 2-3 ਦਰਸ਼ਕਾਂ ਨੇ ਆਪਾਂ ਨੂੰ ਪੁੱਛਿਆ ਵੀ ਇਹ ਬੜੀ ਆਸ ਕੀਤੀ ਜਾਂਦੀ ਸੀ ਵੀ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਆ ਗਈ ਅਤੇ ਪ੍ਰੋਪਰਟੀ ਦੇ ਰੇਟ ਵੱਧ ਜਾਣੇ ਆ। ਮੈਨੂੰ ਲੱਗਦਾ ਕਿ ਬਾਹਰ ਬਹੁਤ ਸਾਰੇ ਆਪਣੇ NRI ਵੀ ਬੈਠੇ ਨੇ ਜਿਹਨਾਂ ਦੇ ਪਲਾਟ ਪਲੂਟ ਇੱਧਰ ਹੋਣਗੇ ਪੰਜਾਬ 'ਚ, ਅਤੇ ਉਹਨਾਂ ਨੂੰ ਆਸ ਸੀਗੀ ਕਿ ਪ੍ਰੋਪਰਟੀ ਦੇ ਰੇਟ ਵਧਣਗੇ, ਪਰ ਕੋਈ ਗੱਲਬਾਤ ਹੈ ਨਹੀਂ। ਕੀ ਜਾਪਦਾ ਤੁਹਾਨੂੰ? ਦੇਖੋ, ਇੱਕ ਤਾਂ ਗੱਲ ਇਹ ਸੀ ਕਿ 2008 ਦੇ ਵਿੱਚ ਸੰਸਾਰ ਪੱਧਰ 'ਤੇ ਇੱਕ ਮੰਦਾ ਸ਼ੁਰੂ ਹੋਇਆ ਸੀ ਜੀ। ਆਮ ਪ੍ਰਭਾਵ ਸੀ ਕਿ 1933 'ਚ ਮੰਦਾ ਸ਼ੁਰੂ ਹੋਇਆ ਸੀ ਅਤੇ 36 'ਚ ਖਤਮ ਹੋ ਗਿਆ, 3 ਸਾਲਾਂ ਦਾ ਸੀ। ਉਦੋਂ ਬਾਅਦ ਦੇ ਜਿੰਨੇ ਮੰਦੇ ਆਉਂਦੇ ਰਹੇ, ਸਾਲ ਡੇਢ ਸਾਲ 2 ਸਾਲ 'ਚ ਖਤਮ ਹੋ ਜਾਂਦੇ ਸੀ, ਅਤੇ 75 ਸਾਲਾਂ ਬਾਅਦ ਜਿਹੜਾ ਮੰਦਾ ਆਇਆ ਇਹ ਵੀ ਕੋਈ 2-4 ਸਾਲ ਦਾ ਹੀ ਰਹੇਗਾ, ਟੁੱਟ ਜਾਣਾ। ਉਹ 2008 ਤੋਂ ਸ਼ੁਰੂ ਹੋਇਆ, ਹੁਣ ਤੱਕ ਸਾਰੇ ਦੇਸ਼ਾਂ ਵਿੱਚ ਅਜੇ ਖਤਮ ਨਹੀਂ ਹੋਇਆ, ਕਿਤੇ ਕਿਤੇ ਥੋੜ੍ਹਾ ਜਿਹਾ ਕੰਮ ਚੱਲਦਾ ਫਿਰ ਟੁੱਟ ਜਾਂਦਾ। ਪੰਜਾਬ ਦੀ ਸਥਿਤੀ ਵੱਖਰੀ ਸੀ, ਜਦੋਂ ਭਾਰਤ ਵਿੱਚ ਕੁਝ ਨਾ ਕੁਝ ਕੰਮ ਚੱਲ ਵੀ ਪਿਆ ਉਦੋਂ ਪੰਜਾਬ 'ਚ ਇਸ ਕਰਕੇ ਨਹੀਂ ਚੱਲਿਆ ਕਿ ਇੱਥੇ ਜਿਹੜੀ ਰਾਜ ਕਰਦੀ ਪਾਰਟੀ ਸੀ 10 ਸਾਲ ਲਗਾਤਾਰ ਰਾਜ ਕੀਤਾ, ਉਹਦੇ ਵਿੱਚ ਕਹਿੰਦੇ ਸੀ ਵੱਟੇ ਬੜੇ ਭਾਰੇ ਆ, ਜਿਹੜੇ ਰੀਅਲ ਅਸਟੇਟ ਦਾ ਕੰਮ ਕਰਨ ਵਾਲੇ ਸੀ ਉਹਨਾਂ 'ਚੋਂ ਬਹੁਤ ਸਾਰਿਆਂ ਨੇ ਕਿਤਾਬਾਂ ਹੀ ਠੱਪ ਕਰ ਦਿੱਤੀਆਂ ਸੀ ਕਿ ਅੱਛਾ ਕਦੇ ਯੁੱਗ ਬਦਲੇਗਾ ਤਾਂ ਕੰਮ ਕਰ ਲਵਾਂਗੇ, ਨਹੀਂ ਤਾਂ ਨਾ ਹੀ ਕਰਨਾ ਚੰਗਾ, ਕਿਉਂਕਿ ਇੰਨਾ ਖਰਚਾ ਦਿੱਤਾ ਨਹੀਂ ਸੀ ਜਾਂਦਾ। ਜੀ ਬਿਲਕੁਲ, ਉਹ ਬੈਠੇ ਰਹੇ ਸੀ। ਹੁਣ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਇੰਨੇ ਕੁਝ ਨਾ ਕੁਝ ਫੈਸਲੇ ਕੀਤੇ ਨੇ, 2-3 ਫੈਸਲੇ ਤਾਂ ਇਸੇ ਹਫ਼ਤੇ 'ਚ ਵੀ ਕੀਤੇ ਆ ਜੀ। ਜਿਹੜੇ ਨਵੇਂ ਫੈਸਲੇ ਕੀਤੇ ਆ ਇਹਦੇ ਤੋਂ ਰੀਅਲ ਅਸਟੇਟ ਦੇ ਕਾਰੋਬਾਰੀ ਥੋੜ੍ਹੇ ਜਿਹੇ ਹੌਸਲੇ 'ਚ ਤੁਰੇ ਆ। ਜੇ ਇਹ ਤੁਰ ਪਏ ਅਤੇ ਜੋ ਇੰਡੀਕੇਟਰਸ ਨੇ, ਜੋ ਸਿਗਨਲ ਮਿਲਦੇ ਪਏ ਆ ਉਹਨਾਂ ਤੋਂ ਇਹ ਜਾਪਦਾ ਕਿ ਆਹ ਹੁਣ ਇਸ ਵੇਲੇ ਸਤੰਬਰ ਚੱਲਦਾ ਪਿਆ, ਨਵਾਂ ਬਜਟ ਆਉਣ ਤੋਂ ਪਹਿਲਾਂ ਪਹਿਲਾਂ
ਪੰਜਾਬ ਦੇ ਵਿੱਚ ਰੀਅਲ ਇਸਟੇਟ ਨੂੰ ਜਿਹੜਾ ਡਿੱਕਾ ਪਿਛਲੇ 9 ਸਾਲਾਂ ਤੋਂ ਪਿਆ ਉਹ ਟੁੱਟ ਵੀ ਸਕਦਾ। ਪਰ ਇਹੋ ਜਿਹੇ ਮੌਕੇ 'ਤੇ ਥੋੜ੍ਹਾ ਸਾਵਧਾਨ ਰਹਿਣ ਦੀ ਲੋੜ ਆ। ਜਦੋਂ ਇਹੋ ਜਿਹਾ ਡਿੱਕਾ ਟੁੱਟਦਾ ਹੁੰਦਾ ਜੀ ਜੀ, ਉਦੋਂ ਫਿਰ ਲੈਂਡ ਮਾਫੀਆ ਪੈਂਦਾ ਹੁੰਦਾ। ਮੈਨੂੰ ਲੈਂਡ ਮਾਫੀਆ ਦਾ ਪਤਾ, ਉਹਨਾਂ ਨੇ 2-3 ਵਾਰੀ ਕੀ ਕੀਤਾ ਕਿ ਕਿਸੇ ਵੱਡੇ ਸ਼ਹਿਰ ਦੇ ਵਿੱਚ ਜਿੱਥੇ ਜ਼ਮੀਨ ਦਾ ਰੇਟ ਅਜੇ ਸਾਰਾ 1 ਲੱਖ ਰੁਪਇਆ ਮਰਲਾ ਚੱਲਦਾ ਸੀ, ਉਹਨਾਂ ਨੇ ਆ ਕੇ ਅਤੇ 40-50 ਪਲਾਟ ਇਕੱਠੇ ਖਰੀਦ ਲਏ। ਉਹਨਾਂ ਪਲਾਟਾਂ ਦੀ ਕੀਮਤ ਇੱਕਦਮ ਵਧਾ ਕੇ 1 ਲੱਖ ਤੋਂ 1.5 ਲੱਖ, ਫਿਰ ਰਜਿਸਟਰੀਆਂ 2 ਲੱਖ, ਫਿਰ 2.5 ਲੱਖ, 3 ਲੱਖ। ਜਦੋਂ ਚਾਰਜ ਫਿਰ ਪਤਾ ਲੱਗਾ ਕਿ ਜਿਹੜੇ 1 ਲੱਖ ਰੁਪਈਏ ਮਰਲੇ ਵਾਲੇ ਸੀ ਇਸ ਕਲੋਨੀ 'ਚ, ਪਤਾ ਨਹੀਂ ਕੀ ਡਿਵੈਲਪਮੈਂਟ ਹੋਣ ਲੱਗੀ ਆ ਕਿ ਬੜੀ ਤੇਜ਼ੀ ਨਾਲ ਚੜਿਆ, ਹੁਣ ਤਾਂ 5 ਲੱਖ ਰੁਪਈਏ ਮਰਲਾ ਹੋ ਗਿਆ। ਲੋਕਾਂ ਨੇ ਆ ਕੇ ਉੱਥੇ ਪਲਾਟ ਬੁਕਿੰਗ ਕਰਾਉਣੀ ਸ਼ੁਰੂ ਕਰਤੀ ਜੀ। ਜਿਹਨੇ ਪਲਾਟ ਦੀ 10 ਮਰਲੇ ਦੀ ਵੀ ਬੁਕਿੰਗ ਕਰਾਈ, 5 ਲੱਖ ਦੇ ਹਿਸਾਬ ਨਾਲ 50 ਲੱਖ ਦਾ ਪਲਾਟ ਹੈ, 4ਵਾਂ ਹਿੱਸਾ ਬਿਆਨਾ ਉਹਨੇ ਜਮ੍ਹਾਂ ਕਰਾ ਦਿੱਤਾ, 12 ਲੱਖ ਦੇ ਦਿੱਤੇ। ਇੱਦਾਂ ਦੇ ਬਹੁਤ ਸਾਰੇ ਲੋਕਾਂ ਤੋਂ ਬਿਆਨਾ ਇਕੱਠਾ ਕਰਕੇ ਅਤੇ ਲੈਂਡ ਮਾਫੀਆ ਵਾਲਿਆਂ ਨੇ ਉਹਦਾ ਭਾਅ ਇੱਕਦਮ ਡਿੱਗ ਦਿੱਤਾ। ਉਹਦਾ 5 ਲੱਖ ਨੂੰ ਚੜ੍ਹ ਗਿਆ ਸੀ, ਉਹ ਮੁੜ ਕੇ 1 ਲੱਖ 'ਤੇ ਵੀ ਨਾ ਰਹਿ ਗਿਆ। ਉੱਧਰੋਂ ਰਜਿਸਟਰੀ 'ਚ ਲਿਖਿਆ ਕਿ 3 ਮਹੀਨਿਆਂ ਦੇ ਅੰਦਰ ਅੰਦਰ ਬਾਕੀ ਪੈਸੇ ਦੇ ਕੇ ਰਜਿਸਟਰੀ ਕਰਾਵੇਗਾ। ਜੇ ਉਹ ਬੰਦਾ ਰਜਿਸਟਰੀ ਕਰਾਵੇ ਅਤੇ ਹੁਣ ਮੌਜੂਦਾ ਰੇਟ 1 ਲੱਖ ਰੁਪਈਏ ਦਾ ਅਤੇ 10 ਲੱਖ 10 ਮਰਲੇ ਦਾ 10 ਲੱਖ ਬਣਨਾ ਜੀ, ਅਤੇ ਉਹ 50 ਲੱਖ 'ਚ ਖਰੀਦਣਾ ਪੈਂਦਾ ਕਿਉਂਕਿ ਬਿਆਨਾ ਕੀਤਾ, ਅਤੇ ਰਜਿਸਟਰੀ ਨਾ ਕਰਾਵੇ ਅਤੇ ਜਿਹੜੇ 12.5 ਲੱਖ ਦਿੱਤੇ ਆ ਉਹ ਫੂਕੇ ਜਾਂਦੇ। ਇਹਦੇ ਨਾਲ ਬਹੁਤ ਸਾਰੇ ਲੋਕ ਲੈਂਡ ਮਾਫੀਆ ਦਾ ਸ਼ਿਕਾਰ ਹੋ ਗਏ ਸਨ। ਹੁਣ ਜਦੋਂ ਆ ਅੜਿੱਕਾ ਟੁੱਟਣਾ ਜੀ, ਮੈਨੂੰ ਇਸ ਗੱਲ ਦਾ ਡਰ ਹੈ ਕਿ ਲੈਂਡ ਮਾਫੀਆ ਇਹ ਜਿਹੜੀ ਵੀ ਸਰਕਾਰ ਆਵੇ ਉਹਦੇ 'ਚ ਕੁੰਡੀਆਂ ਪਾ ਕੇ ਆਪਣੇ ਨਾਲ ਦੇ ਭਾਈਵਾਲ ਲੱਭ ਲੈਂਦਾ ਹੁੰਦਾ। ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ, ਇਹਦੇ ਵਿੱਚ ਜਿਹੜੇ ਲੋਕ ਬੈਠੇ ਆ ਗੰਗਾ ਨਹਾ ਕੇ ਨਹੀਂ ਆਏ। ਪੈਸਾ ਤਾਂ ਸਾਰਿਆਂ ਨੂੰ ਚੰਗਾ ਲੱਗਦਾ, ਕੋਈ ਵੀ ਇਹਨੂੰ ਨਾ ਨਹੀਂ ਕਰਨਾ ਚਾਹੁੰਦਾ ਜੀ ਜੀ, ਅਤੇ ਇਹਦੇ ਵਿੱਚੋਂ ਡਰ ਇਸ ਗੱਲ ਦਾ ਕਿ ਲੈਂਡ ਮਾਫੀਆ ਇਹਦੇ ਰਾਹੀਂ ਵੀ ਆ ਕੇ ਫਿਰ ਇਹ ਕੰਮ ਨਾ ਕਰਨਾ ਸ਼ੁਰੂ ਕਰ ਦਿੰਦਾ ਹੋਵੇ। ਜਿਹਨਾਂ ਨੇ ਪੈਸਾ ਲਾਉਣਾ ਮੌਕਾ ਤੁਰਿਆ ਉਹਦਾ, ਪਰ ਲਾਇਓ ਜਿਹੜਾ ਸੰਭਲ ਕੇ ਜੀ। ਸੋ ਕੁੱਲ ਮਿਲਾ ਕੇ ਆਪਾਂ ਇਹ ਵੀ ਅੰਦਾਜ਼ਾ ਲਾ ਸਕਦੇ ਹਾਂ ਵੀ ਜਿਹੜੀ ਪ੍ਰੋਪਰਟੀ ਹੈ ਜਿਹਦੇ ਬਾਰੇ ਤੁਸੀਂ ਵਾਰ ਵਾਰ ਸਵਾਲ ਪੁੱਛ ਰਹੇ ਹੋ ਜੀ, ਉਹ ਵੀ ਹੁਣ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੂਮ 'ਤੇ ਜਾਵੇ। ਮੈਨੂੰ ਸਾਹਿਬ ਸਮਾਂ ਹੁਣ ਲਗਭਗ ਪ੍ਰੋਗਰਾਮ ਦਾ ਸਮਾਪਤ ਹੋ ਗਿਆ, ਕੋਈ ਗੱਲ ਜੀ ਰਹਿ ਗਈ ਹੋਵੇ ਤਾਂ ਤੁਸੀਂ ਕਰ ਲਓ, ਨਹੀਂ ਤਾਂ ਫਿਰ ਆਪਾਂ ਬਸ ਮੈਂ ਜਿਹੜੇ NRIs ਹੈ ਖਾਸ ਤੌਰ 'ਤੇ ਜੀ ਜੀ, ਉਹਨਾਂ ਨੂੰ ਇੱਕ ਤਾਂ ਬੇਨਤੀ ਇਹ ਕਰੂੰਗਾ ਕਿ ਜਦੋਂ ਤੁਸੀਂ ਪੰਜਾਬ ਵੱਲ ਭਾਰਤ ਵੱਲ ਵੇਖਦੇ ਹੋ ਜੀ, ਤੁਹਾਡਾ ਪੇਕਾ ਪਿੰਡ ਆ, ਇੱਥੇ ਸਾਰਾ ਕੁਝ ਮਾੜਾ ਨਹੀਂ, ਕੁਝ ਚੰਗਾ ਵੀ ਹੈਗਾ, ਕੁਝ ਲੋਕ ਬੈਠੇ ਆ ਜਿਹੜੇ ਤੁਹਾਡੇ ਆਇਆਂ ਤੋਂ ਸਵਾਗਤ ਕਰਨਗੇ ਜੀ। ਪਰ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਇੱਥੇ ਉਹੋ ਜਿਹੇ ਲੋਕ ਵੀ ਵੇਖਣਗੇ ਮਿਲਣਗੇ ਜਿਹੜੇ ਤੁਹਾਡੇ ਮੂੰਹ ਵੱਲ ਨਹੀਂ ਤੁਹਾਡੀ ਜੇਬ ਵੱਲ ਵੇਖਣਗੇ। ਬੰਦਾ ਅਤੇ ਇੱਕ ਬੰਦਾ, ਇਹ ਬੰਦਾ ਇੱਕ ਬੰਦਾ ਦੋਵਾਂ ਦਾ ਆਪੋ ਆਪਣਾ ਫਰਕ ਜਿਹੜਾ ਇਹ ਪਛਾਣਨਾ ਤੁਹਾਨੂੰ ਪੈਣਾ। ਦੂਸਰੀ ਗੱਲ, ਬੈਂਕਿੰਗ ਦੇ ਮਾਮਲੇ 'ਚ ਕੁਛ ਨਵੀਆਂ ਗੱਲਾਂ ਹੋ ਰਹੀਆਂ ਜੀ। ਮਿਸਾਲ ਦੇ ਤੌਰ 'ਤੇ ਜਿਹੜੇ ਬੈਂਕ ਸਟੇਟ ਨਾਲ ਸ਼ੁਰੂ ਹੁੰਦੇ ਸੀ, ਸਟੇਟ ਬੈਂਕ ਪਟਿਆਲਾ, ਸਟੇਟ ਬੈਂਕ ਟਰਾਵਨਕੋਰ, ਸਟੇਟ ਬੈਂਕ ਬੀਕਾਨੇਰ ਐਂਡ ਜੈਪੁਰ ਜੀ, ਉਹ ਸਾਰੇ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ। ਉਹਨਾਂ ਨੂੰ ਸ਼ਾਮਿਲ ਕਰਨ ਲੱਗਿਆ ਜਦੋਂ 3-4-5 ਮਹੀਨੇ ਪਹਿਲਾਂ ਸ਼ਾਮਿਲ ਕੀਤੇ ਗਏ ਸੀ, ਆਖਿਆ ਗਿਆ ਸੀ ਕਿ ਉਹੀ ਅਕਾਊਂਟ ਨੰਬਰ ਰਹਿਣਗੇ, ਉਹੀ ਚੈੱਕ ਬੁੱਕ ਨੰਬਰ ਰਹੇਗਾ, ਸਿਰਫ IFSC ਕੋਡ ਬਦਲੇਗਾ ਜੀ। ਹੁਣ ਅਕਾਊਂਟ ਨੰਬਰ ਵੀ ਉਹੀ ਹੈ, ਬ੍ਰਾਂਚ ਦਾ ਨਾਂ ਸਟੇਟ ਬੈਂਕ ਪਟਿਆਲਾ ਥਾਂ ਸਟੇਟ ਬੈਂਕ ਆਫ ਇੰਡੀਆ ਹੋ ਗਿਆ ਜੀ। IFSC ਕੋਡ ਉਦੋਂ ਬਦਲ ਗਿਆ ਸੀ, ਪਰ ਹੁਣ ਤੱਕ ਜਿਹੜੀ ਚੈੱਕ ਬੁੱਕ ਚੱਲਦੀ ਸੀ ਉਹ ਚੈੱਕ ਬੁੱਕ ਇਸ ਪਹਿਲੀ ਤਰੀਕ ਤੋਂ ਬਾਅਦ ਨਹੀਂ ਚੱਲਣੀ। ਹੁਣ ਪਹਿਲੀ ਤਰੀਕ ਤੋਂ ਬਾਅਦ ਚੈੱਕ ਬੁੱਕ ਉਹ ਚੱਲਣੀ ਹੈ ਜਿਹਦੇ 'ਤੇ ਸਟੇਟ ਬੈਂਕ ਆਫ ਇੰਡੀਆ ਲਿਖਿਆ ਹੋਇਆ। ਜੇ ਪੁਰਾਣੀ ਕੋਈ ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ ਦੀ ਹੋਈ ਤਾਂ ਉਹਦਾ ਚੈੱਕ ਕੱਟ ਦਿੱਤਾ, ਉਹ ਸਟੇਟ ਬੈਂਕ ਆਫ ਇੰਡੀਆ ਨੇ ਮੋੜ ਦੇਣਾ। ਜਦੋਂ ਮੋੜ ਦਿੱਤਾ ਤਾਂ ਜਿਹੜੀ ਪਾਰਟੀ ਨੂੰ ਦਿੱਤਾ ਹੋਇਆ ਉਹ ਕਹੇਗੀ ਜੀ ਚੈੱਕ ਬਾਉਂਸ ਹੋ ਗਿਆ, ਉਸ ਬਾਉਂਸ ਹੋਏ ਕੇਸ ਚੈੱਕ ਦਾ ਕੇਸ ਬਣ ਸਕਦਾ, ਜੇਲ੍ਹ ਜਾਣਾ ਪੈ ਸਕਦਾ। ਅਗਲਿਆਂ ਦਿਨਾਂ 'ਚ ਇਹੋ ਜਿਹੀ ਗੱਲ ਤੋਂ ਬਚ ਕੇ ਰਹਿਣ, ਇੱਦਾਂ ਦੀ ਕੋਈ ਕੁਤਾਹੀ ਨਾ ਕਰ ਲੈਣ, ਉਹ ਜਾਂ ਨਾ ਵਰਤਣ, ਜਾਂ ਇਹਦੇ ਨਾਲ ਈ ਟ੍ਰਾਂਜੈਕਸ਼ਨ ਅੱਜ ਕੱਲ੍ਹ ਬੈਂਕਾਂ ਨੇ ਸਿਸਟਮ ਕਰ ਦਿੱਤਾ ਕਿ ਤੁਸੀਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ ਜੀ, ਉਹ ਵਰਤ ਲੈਣ ਤਾਂ ਬਿਹਤਰ ਹੋਵੇਗਾ। ਅਗਲਿਆਂ ਦਿਨਾਂ 'ਚ ਬੜੀਆਂ ਚੇਂਜਸ ਆ ਰਹੀਆਂ ਨੇ, ਉਹਦੇ ਬਾਰੇ ਜਿਹੜਾ ਨਾਲ ਦੀ ਨਾਲ ਧਿਆਨ ਰੱਖਣ, ਖਾਸ ਤੌਰ 'ਤੇ ਬੈਂਕਿੰਗ ਸੈਕਟਰ 'ਚ NRI ਦੂਰ ਬੈਠੇ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ, ਆਪੋ ਆਪਣੇ ਅਕਾਊਂਟਸ ਬਾਰੇ
ਪਤਾ ਜ਼ਰੂਰ ਕਰ ਲੈਣ ਜੀ। ਪੰਨੂ ਸਾਹਿਬ ਤੁਸੀਂ ਸਮਾਂ ਕੱਢਿਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਇਸ ਦੇ ਨਾਲ ਹੀ ਆਪਾਂ ਹੁਣ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਥੋੜ੍ਹਾ ਜਿਹਾ ਦੇਰੀ ਹੋ ਗਈ ਸੀ ਸ਼ੁਰੂ ਕਰਨ ਦੇ ਵਿੱਚ, ਉਹਦੇ ਲਈ ਇੱਕ ਵਾਰ ਫਿਰ ਤੋਂ ਆਪ ਸਭ ਕੋਲੋਂ ਅਸੀਂ ਮਾਫ਼ੀ ਮੰਗਦੇ ਹਾਂ ਅਤੇ ਪ੍ਰਾਈਮ ਏਸ਼ੀਆ ਟੀ ਵੀ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਪ੍ਰੋਗਰਾਮ ਨੂੰ ਤੁਸੀਂ ਜੇ ਯੂਟਿਊਬ 'ਤੇ ਦੇਖ ਰਹੇ ਹੋਵੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ, ਉਹਨੂੰ ਪ੍ਰੈਸ ਕਰਨਾ ਨਾ ਭੁੱਲਣਾ। ਜੇਕਰ ਤੁਸੀਂ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਸਾਡੇ ਨਵੇਂ ਪ੍ਰੋਗਰਾਮਾਂ ਦੀਆਂ ਅਪਡੇਟਸ ਨਾਲ ਦੀ ਨਾਲ ਮਿਲਦੀਆਂ ਰਹਿਣ। ਫਿਲਹਾਲ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ ਤੁਹਾਡੇ ਲਈ। आप सब दा प्राइम एशिया टीवी नूं अथाह प्यार देने लई तहे दिलों धन्नवाद। साडे अगले प्रोग्रामां दीआं अपडेट्स लई यूट्यूब ते सबसक्राइब दा बटन जरूर दबाओ ते साडे फेसबुक पेज नूं लाइक करना भी ना भुलना। प्राइम एशिया टीवी, तुहाडा अपना, तुहाडे लई।